ਮੈਂ ਮੋਟਰਸਾਈਕਲ ਲਾਇਆ ਸਪਲੈਂਡਰ ਸਾਈਡ ਤੇ, ਬੈਗ ਟੰਗ ਕੇ ਨੱਚਿਆ, ਟੰਗਿਆ ਬੈਗ ਟੰਗ ਕੇ ਵਿੱਚ ਨੱਚ ਗਿਆ, ਮੈਂ ਕਿਹਾ ਨੱਚ ਕੇ ਜਾਊਂ। ਉਸ ਤੋਂ ਬਾਅਦ ਜਿਹੜਾ ਜਿਹਦਾ ਵਿਆਹ ਸੀ ਉਹਦਾ ਫੋਟੋ ਵੀ ਖਿਚਾਈ, ਉਹਦੇ ਨਾਲ ਫੋਟੋ ਵੀ ਖਿਚਾਈ, ਸੈਲਫੀ ਲਈ ਉਹਨਾਂ। ਅਸੀਂ ਪਲੇਟ ਜਦੋਂ ਚੱਕਣ ਲੱਗੇ ਮੇਰੀ ਬਾਊਂਸਰਾਂ ਤੇ ਨਜ਼ਰ ਪੈ ਗਈ ਵੀ ਇਹਨਾਂ ਨੇ ਨੋਟਿਸ ਕਰ ਲਿਆ ਵਾ। ਮੈਂ ਉਹਨਾਂ ਨੂੰ ਕਾਲ ਕੀਤੀ ਵੀ ਇੱਥੇ ਚੱਕਰ ਆ, ਬਾਹਰ ਨੂੰ ਨਿਕਲ ਜਾਓ ਵੀ ਪੰਗਾ ਪੈ ਗਿਆ ਵਾ, ਠੀਕ ਆ। ਤੇ ਅਸੀਂ ਇੱਧਰਲੀ ਸਾਈਡ ਤੋਂ ਫਟਾਫਟ ਗੇਟ ਨੂੰ ਭੱਜਣ ਨੂੰ ਕਰ ਰਹੇ ਸੀ ਵੀ ਗੇਟ ਇੱਕ ਵਾਰ ਪਾਰ ਕਰ ਜਾਈਏ ਪੈਲਸ ਦਾ, ਬਾਅਦ ਦੀ ਗੱਲ ਬਾਅਦ ਚ ਆ। ਬਾਹਰ ਨੂੰ ਐਡੇ ਐਡੇ ਚੌੜੇ ਚੌੜੇ ਬਾਊਂਸਰ ਐ ਖੜੇ, ਛਾਤੀਆਂ ਫੈਲਾਈਆਂ, ਐਡੇ ਐਡੇ ਟੌਲੇ ਕੱਢੇ। ਜਦੋਂ ਆਈ ਬਾਊਂਸਰਾਂ ਦੀ ਆਵਾਜ਼ ਕਹਿੰਦਾ ਹੈਲੋ ਸੁਣਦੇ ਹੋ, ਆਈਏ ਮਗਰ ਹੀ ਆਈਏ, ਫਿਰ ਮੁੜੇ। ਹਾਂਜੀ ਭਾਜੀ, ਉੱਥੇ ਘੇਰਾ ਪੈ ਗਿਆ, ਸਾਨੂੰ ਭੁੱਖੇ ਸੁੱਤੇ ਸੀ, ਭੁੱਖੇ ਸੁੱਤੇ ਆ। ਉਸ ਦਿਨ ਅਸੀਂ ਰਾਤੀ ਘਰੇ ਕਹਿ ਕੇ ਗਏ, ਮੈਂ ਕਿਹਾ ਮੈਂ ਫਲਾਨੀ ਕੁੜੀ ਆ, ਇਹ ਰੋਲ ਨੰਬਰ ਦਾ ਉਹਦੇ ਪੇਪਰ ਤੋਂ, ਮੈਂ ਪੇਪਰ ਕਾਪੀ ਕੀਤਾ, ਉਹਦੇ 85 ਆ, ਠੀਕ ਆ, ਉਹਦੇ 85 ਆ, ਉਹ ਲੈ ਕੇ ਆਪਣਾ 85 ਵਾਲਾ ਐਗਜ਼ਾਮ ਆਪਣਾ ਰਿਜ਼ਲਟ ਲੈ ਕੇ ਘਰ ਨੂੰ ਚਲੇ ਗਈ। ਮੈਂ ਸੇਮ ਐਗਜ਼ਾਮ ਦੇ ਕੇ ਮੇਰੇ, ਮੈਂ ਫੇਲ ਹਾਂ। ਤੂੰ ਫੇਲ, ਹਾਊ ਇਟ ਕੈਨ ਬੀ ਪੋਸੀਬਲ। ਬੋਲ ਮਿੱਟੀ ਦੇ ਆ ਬਾਵੇ ਆ, ਤੇਰੇ ਤੁਖਾਂ ਨੇ ਮਾਰ ਮੁਕਾ ਲਿਆ ਵੇ ਮੇਰਾ ਸੋਹਣਾ ਮਾਹੀ, ਆ ਜਾ ਹੋ। ਹਾਂਜੀ, ਕਿਵੇਂ ਹੋ ਬਾਈ ਸਾਰੇ? ਅਤੇ ਬਾਈ ਹਾਜ਼ਰ ਹਾਂ ਤੁਹਾਡੇ ਅੱਗੇ ਇੱਕ ਨਵਾਂ ਪੋਡਕਾਸਟ ਲੈ ਕੇ। ਜਿਹੜਾ ਅੱਜ ਦਾ ਪੋਡਕਾਸਟ ਆ ਉਹ ਜਿਵੇਂ ਫੋਰਮੈਲਿਟੀਆਂ ਘੱਟ ਹੋਣਗੀਆਂ, ਗੱਲਾਂ ਬਾਤਾਂ ਵੱਧ ਹੋਣਗੀਆਂ। ਕਿਉਂ? ਕਿਉਂਕਿ ਅੱਜ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਹੀ ਪੋਡਕਾਸਟ ਕਰਨ ਲੱਗੇ ਹਾਂ। ਖੋਲਾਂਗੇ ਗੱਲਾਂ ਇੱਕ ਦੂਜੇ ਦੇ ਭੇਦ ਖੋਲਾਂਗੇ, ਜਿੰਨੇ ਕੁ ਖੋਲ ਸਕੇ, ਹੈ ਨਾ, ਜਿੰਨੀ ਕੁ ਲਿਮਿਟ ਆਪਾਂ ਕਹਿ ਸਕਦੇ ਹੈਗੀ ਆ, ਜੇ ਕ੍ਰੋਸ ਕਰ ਗਏ ਤੁਸੀਂ ਆਪੇ ਥੋੜ੍ਹਾ ਬਹੁਤਾ ਹਿਸਾਬ ਜਿਹਾ ਲਾ ਲਿਓ। ਅਤੇ ਸਵਾਗਤ ਕਰਦੇ ਹਾਂ ਜੱਗੀ ਜੀ ਦਾ ਅਤੇ ਬਾਬਾ ਜੀ ਦਾ। ਸਵਾਗਤ ਹੈ ਬੈਠੋ 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 ਬਹੁਤ ਪੈਸੇ ਦੇਣੇ ਇਸ ਕਰਕੇ ਇਹਨਾਂ ਦੀ ਇੰਟਰੋਡਕਸ਼ਨ ਦੀ ਲੋੜ ਨੀ ਪੈਣੀ। ਇਹਨਾਂ ਨੂੰ ਤੁਸੀਂ ਜਾਣਦੇ ਹੋ, ਹੈਗੇ ਨੇ ਸਾਡੇ ਜੱਗੀ ਜੀ, ਜਿਨ੍ਹਾਂ ਨੇ ਇੱਥੇ ਬਹੁਤ ਹੀ ਜਿਹੜੀ ਇੰਡਸਟਰੀ ਹੈਗੀ ਆਪਣਾ ਨਟ ਬੋਲਟ ਬਣਾਉਂਦੀ, ਉਹਨਾਂ ਦਾ ਬਹੁਤ ਹੀ ਪੈਸਾ ਦੱਬਿਆ ਹੋਇਆ ਹੈ, ਇਸ ਕਰਕੇ ਇਹਨਾਂ ਦੀ ਇੰਟਰੋਡਕਸ਼ਨ ਦੀ ਤੁਹਾਨੂੰ ਲੋੜ ਨਹੀਂ ਹੈਗੀ। ਅਸੀਂ ਆਪਣੀ ਇੰਟਰੋਡਕਸ਼ਨ, ਇਹ ਹੈਗੇ ਨੇ ਬੱਬਲ ਬਾਬਾ ਜੀ, ਜਿਹੜੇ ਕਿ ਤੁਸੀਂ ਸਿਰਫ ਸਿਰਫ ਤੇ ਸਿਰਫ ਬੋਲਣਾ ਜਾਣਦੇ, ਕਰਨਾ ਕੁਛ ਨਹੀਂ ਜਾਣਦੇ। ਕਰਕੇ ਦਿਖਾਇਆ, ਕਰਕੇ ਦਿਖਾਇਆ, ਸਾਰਾ ਕੁਛ ਕਰਕੇ ਦਿਖਾਇਆ, ਇਲੈਕਸ਼ਨਾਂ ਤੋਂ ਲੈ ਕੇ, ਇਲੈਕਸ਼ਨਾਂ ਤੋਂ ਲੈ ਕੇ ਸਰ, ਇਲੈਕਸ਼ਨਾਂ ਲਾ ਲਓ ਤੁਸੀਂ, ਕੀ ਕਰਕੇ ਦਿਖਾਇਆ ਤੁਸੀਂ, ਲਾ ਲਓ ਮੱਲੇ ਦੇ ਵਿੱਚ ਕੰਮ ਕੀਤਾ, ਦੋ ਕੰਮ ਕੀ ਕਰਾਈਏ ਸਾਰਾ। ਅੱਜ ਦੇਖੋ ਅਸੀਂ ਸੇਵਾ ਕਰਕੇ ਆਏ ਹਾਂ ਗੁਰਦੁਆਰਾ ਸਾਹਿਬ, ਇਹ ਤਾਂ ਇੱਕ ਹੋਇਆ, ਦੂਜਾ ਕੰਮ ਖਾਣ ਦੀ ਸੇਵਾ ਕਰਕੇ ਆਏ ਹਾਂ। ਦੋ ਹੋ ਗਏ ਜੀ, ਹੋ ਗਏ। ਬੱਬਲ ਬਾਬਾ ਜੀ ਪਹੁੰਚ ਚੁੱਕੇ ਨੇ, ਇਹਨਾਂ ਸਵਾਗਤ ਕਰੋ, ਸਵਾਗਤ ਕਰੋ, ਤਾੜੀਆਂ ਤਾੜੀਆਂ ਨਾਲ, ਤਾੜੀਆਂ। ਇਹ ਸਿਰੇ ਦੇ ਲੁੱਚੇ, ਸਿਰੇ ਦੇ ਅਪ ਕਮੀਨੇ, ਲੁੱਚੇ ਕੁਛ ਨਾ ਕਰਨ ਵਾਲੇ, ਦੁਨੀਆਂ ਦਾ ਇਹਨੂੰ ਖਾਣ ਵਾਲੇ, ਤਾਂ ਲੋਕਾਂ ਨੂੰ ਪਤਾ ਹੀ ਆ, ਲੁਧਿਆਣਾ ਵਾਸੀਆਂ ਨੂੰ ਪਤਾ ਹੀ ਆ ਵੀ ਅਸੀਂ ਕੀ ਕਰਦੇ ਆ ਤੇ ਕੀ ਨਹੀਂ ਕਰਦੇ। ਐਵੇਂ ਨੀ ਲੁਧਿਆਣੇ ਦੇ ਵਿੱਚ ਕਿਤੇ ਵੀ ਨਾ ਲੈ ਲਿਓ, ਬੱਬਲ ਬੱਬਲ ਹੋਈ ਪਈ ਆ। ਸਰਦਾਰ ਜੀ ਐਮ ਪੀ ਦੇ ਇਲੈਕਸ਼ਨ ਕੱਢਣਾ ਸੀ, ਖੜੇ ਨੀ, ਕਿਉਂ ਕਿਉਂ ਇਹਨਾਂ ਨੂੰ ਮੌਕਾ ਦਿੱਤਾ, ਤਾਂ ਹੀ ਜਿੱਤ ਗਏ। ਸੋ ਪੁੱਛੋ ਸਰ ਕੁਸ਼ਚਨ, ਤੁਸੀਂ ਪੁੱਛਣੇ ਨੇ, ਚੁੱਪ ਕਰੋਗੇ ਤੇ ਮੈਂ ਜੇ ਬੋਲੂੰਗੀ। ਤੇ ਆਪਣੀ ਆਪਣੀ ਦੱਸੋ ਯਾਰ, ਇੱਕ ਇੱਕ ਸਕੂਲ ਦੀ, ਕਾਲਜ ਦੀ, ਹਾਂ ਕੀ ਦੱਸੀਏ, ਯਾਦਾਂ ਯਾਰ ਆਪਣੇ, ਪੁੱਠੇ ਪੁੱਠੇ ਕਾਰਨਾਮੇ ਕੀਤੇ, ਕਾਂਡ ਕੀਤੇ।
ਕਾਰਨਾਮੇ ਤੁਸੀਂ ਦੱਸੋ। ਪਹਿਲੀ ਗੱਲ ਸੇਠੀ ਜੀ ਸਾਡੇ ਬੱਬਲ ਬਾਬਾ ਜੀ ਸਾਡੇ ਹੈਗੇ ਨੇ ਸਿੰਗਰ ਸਾਹਿਬ, ਤੇ ਥੋੜਾ ਜਿਹਾ ਮੈਂ ਕਹਿੰਦਾ ਆਪਣੀ ਝਲਕ ਜੀ ਦੇ ਦੋ ਆਡੀਅੰਸ। ਸੁਰਮਾ ਪਰ ਤੱਕਣ ਵਾਲੀ ਦੀ ਅੱਖ ਬਦਲੀ, ਥੋੜੀ ਜਾਨ ਨਿਕਲ ਗਈ ਪਰ ਠੀਕ ਹੈ। ਥੋੜਾ ਜਿਹਾ ਗਲਾ ਖਰਾਬ, ਥੋੜਾ ਜਿਹਾ ਗਲਾ ਖਰਾਬ। ਇੰਸਟੈਂਟ ਪੋਡਕਾਸਟ ਕੀਤਾ ਨਾ ਸਰ, ਚੱਕਰ ਏਦਾਂ ਸੀ ਇੱਕ ਪੋਡਕਾਸਟ ਸਾਡਾ ਸੀਗਾ ਤੇ ਉਹ ਥੋੜਾ ਜਿਹਾ ਕੈਨਸਲ ਹੋ ਗਿਆ, ਤੇ ਫਿਰ ਇਹ ਦੋਨੋਂ ਵਿਹਲੇ ਸਾਡੇ ਕੋਲ ਬੈਠੇ ਸੀਗੇ। ਮੈਂ ਕਿਹਾ ਚਲੋ ਇਹਨਾਂ ਨਾਲ ਪੋਡਕਾਸਟ ਕੀਤਾ। ਦੋ ਮਿੰਟ ਫੋਨ ਚੱਕ ਲੈ, ਫੋਨ ਚੱਕਣਾ ਲਾਉਡਾ। ਹੈਲੋ, 5 ਮਿੰਟ 'ਚ ਕਾਲ ਬੈਕ ਕਰਦਾ ਜੀ, ਬੈਠਾ ਕਿਤੇ ਬਹੁਤ ਜ਼ਰੂਰੀ। ਇੰਟਰਵਿਊ ਦੇ ਰਿਹਾ ਹੈਗਾ। ਮੈਂ ਦੱਸਦਾ ਥੋੜੀ ਝਲਕ ਹੋਇਆ ਕੀ ਸੀ। ਬੇਸਿਕਲੀ ਇਹ ਮੈਨੂੰ ਕਿਹਾ, ਇਹਨੇ ਮੈਨੂੰ ਇੱਦਾਂ ਕਿਹਾ ਵੀ ਮੈਨੂੰ ਵਿਆਹ 'ਤੇ ਸੱਦਿਆ ਵਾ, ਵੀ ਤੂੰ ਆ ਜਾ, ਵੀ ਮੈਂ ਵੀ ਇੱਥੇ ਇਕੱਲਾ ਹੀ ਹਾਂ, ਵੀ ਮੇਰੇ ਪੇਰੈਂਟਸ ਜਾਣਾ ਨਹੀਂ ਹੈਗਾ, ਆਪਾਂ ਦੋਵੇਂ ਚੱਲਦੇ ਹਾਂ, ਵੀ ਮੈਂ ਪਹੁੰਚਣ ਵਾਲਾ ਵਾ, ਤੂੰ ਪਹੁੰਚ। ਅਤੇ ਇਹ ਮਾਂ ਪੁਲਿਸ ਜਿਹੜੇ ਪਹਿਲਾਂ ਪਹੁੰਚੇ ਹੋਏ ਸੀ, ਮੈਂ ਉੱਥੇ ਬਾਅਦ ਚੱਲਾ ਗਿਆ ਵੀ, ਕਿਉਂਕਿ ਮੇਰਾ ਫਰੈਂਡ ਇਕੱਲਾ ਸੀ। ਮੈਂ ਕਿਹਾ ਚਲੋ ਕੋਈ ਨਹੀਂ, ਜੇ ਕੰਪਨੀ 'ਤੇ ਜਾਂਦੇ ਹਾਂ। ਤਾਂ ਇਹਨੇ ਮੈਨੂੰ ਬੁਲਾਇਆ ਅੱਗੇ ਦਾ ਸਫ਼ਰ, ਤੋਂ ਸੁਣੋ ਮੈਨੂੰ ਕਿਉਂ ਬੁਲਾਇਆ, ਕਾਹ ਤੋਂ ਬੁਲਾਇਆ, ਕਿਹਦੇ ਲਈ ਬੁਲਾਇਆ। ਚਲੋ ਮਤਲਬ ਗੱਲ ਇਉਂ ਹੋਈ ਆ, ਗੱਲ ਤੁਹਾਨੂੰ ਦੱਸਣ ਲੱਗੇ ਹਾਂ। ਅਸੀਂ ਪੜ੍ਹਦੇ ਸੀ ਭਾਈ ਕਾਲਜ, ਕਾਲਜ ਤੁਹਾਨੂੰ ਪਤਾ ਮੁੰਡੇ ਖੱਪ ਖੁੱਪ ਆਉਂਦੇ ਨੇ। ਮੁੰਡੇ ਕਹਿੰਦੇ ਭਾਈ ਅਸੀਂ ਅੱਜ ਵਿਆਹ ਖਾਣ ਜਾਣਾ ਨਜਾਇਜ਼, ਖਾਣ ਪੀਣ ਦੇ ਸਾਰੇ ਸ਼ੌਕੀਨ ਨੇ। ਤੋ ਅਸੀਂ ਵਿਆਹ ਨਜਾਇਜ਼ ਲੱਭਦੇ ਲਭਾਉਂਦੇ, ਕਹਿੰਦੇ ਖਾਣਾ ਵੀ ਵਧੀਆ ਵਿਆਹ ਵਾ, ਫਿਰੋਜ਼ਪੁਰ ਰੋਡ ਜਾਂ ਪੱਖੋਵਾਲ ਰੋਡ ਵਾਲਾ, ਇਹ ਨਹੀਂ ਵੀ ਇੱਧਰ ਉੱਧਰ ਵਾਲਾ ਖਾਣਾ ਮਹਿੰਗਾ ਵਿਆਹ ਖਾਣਾ। ਆਪਾਂ ਫਿਰੋਜ਼ਪੁਰ ਰੋਡ ਪੱਖੋਵਾਲ ਰੋਡ ਵਾਲਾ ਵਿਆਹ ਖਾਣਾ, ਕੱਪੜੇ ਵੀ ਉਹੋ ਜਿਹੇ ਹੋਣੇ ਚਾਹੀਦੇ ਨੇ, ਪਰ ਕੱਪੜੇ ਸਾਡੇ ਉਹੋ ਜਿਹੇ ਨਹੀਂ ਸੀਗੇ। ਅਸੀਂ ਵੜ ਗਏ ਭਾਈ ਫਿਰੋਜ਼ਪੁਰ ਰੋਡ ਵਿਆਹ 'ਤੇ, ਜਿੱਥੇ ਵਿਆਹ ਦੇ ਵਿੱਚ ਨੈਸ਼ਨਲ ਲੈਵਲ ਕੋਈ ਬੈਡਮਿੰਟਨ ਦੀ ਪਲੇਅਰ ਸੀਗੀ, ਉਹਦੇ ਅੰਦਰ ਨਾ ਫੋਟੋਆਂ ਲੱਗੀਆਂ ਸੀ ਸਾਰੇ ਪਾਸੇ, ਨੈਸ਼ਨਲ ਲੈਵਲ ਬੈਡਮਿੰਟਨ ਪਲੇਅਰ ਦਾ ਵਿਆਹ ਸੀ, ਜਿੱਥੋਂ ਸਾਨੂੰ ਪਤਾ ਚੱਲਿਆ ਵਾ ਬਹੁਤ ਤਕੜੀਆਂ, ਮਤਲਬ ਸਾਰੇ ਲੀਡਰ ਆਏ ਹੋਏ, ਬਹੁਤ ਤਕੜੇ ਤਕੜੇ ਬੰਦੇ ਆਏ ਹੋਏ। ਪਹਿਲਾਂ ਅਸੀਂ ਦੋ ਜਾਣੇ ਸਾਡੇ ਯਾਰ ਦੋਸਤ ਅੰਦਰ ਗਏ, ਦੋ ਜਾਣੇ ਫਿਰ ਅੰਦਰ ਗਏ, ਅਸੀਂ ਜਾਂਦੇ ਸੀ ਐਂ, ਦੋ ਜਾਣੇ ਇੱਕ ਗਏ ਉਹ ਖਾਣ ਪੀਣ ਲੱਗ ਗਏ, ਹਾਂ ਦੋ ਜਾਣੇ ਫਿਰ ਗਏ, ਫਿਰ ਅਸੀਂ ਦੋ ਜਾਣੇ ਗਏ, 6 ਜਾਣੇ ਸੀਗੇ, 7ਵਾਂ ਮੈਂ, ਮੈਨੂੰ ਬਾਅਦ ਵਿੱਚ ਬੁਲਾ ਲਿਆ ਉਹਨਾਂ ਨੇ। ਠੀਕ ਹੈ ਜੀ, ਅਸੀਂ ਕਿਹਾ ਤੂੰ ਵੀ ਆ ਜਾ, ਵੀ ਸਾਨੂੰ ਤਾਂ ਸੱਦਿਆ ਹੋਇਆ ਵਾ, ਜਾਇਜ਼ ਆ ਕੰਮ, ਤੂੰ ਵੀ ਆ ਜਾ। ਫਸਾਇਆ ਫਿਰ ਅਸੀਂ ਇਹਨੂੰ ਵੀ ਨਾਲ। ਸੋ ਕੀ ਹੋਇਆ ਸਰ ਅੰਦਰ, ਜਦੋਂ ਅਸੀਂ ਅੰਦਰ ਗਏ, ਜਿਹੜੇ ਉਹ ਪਹਿਲਾਂ 4 ਜਾਣੇ ਗਏ ਹੋਏ ਸੀ ਅੰਦਰ, ਉਹਨਾਂ ਨੂੰ ਬਾਊਂਸਰਾਂ ਨੇ ਪਹਿਲਾਂ ਹੀ ਨੋਟਿਸ ਕਰ ਲਿਆ ਸੀ ਵੀ ਇਹਨਾਂ ਦੇ ਕੱਪੜੇ ਕੁਪੜੇ ਜਿਹੜੇ ਵੀ ਉਹ ਉਹਨਾਂ ਦੇ ਬੇਸਿਕਲੀ ਕੱਪੜਾ ਜੱਜਮੈਂਟ ਕਰ ਲਈ ਵੀ ਇਹ ਨਜਾਇਜ਼ ਆਏ ਹੋਏ, ਨਜਾਇਜ਼ ਆਏ ਹੋਏ ਨੇ, ਇੱਕ ਸਮੈਲੇ ਜੇ ਨੇ, ਨਜਾਇਜ਼ ਆਏ ਹੋਏ ਸਾਲੇ ਪਕੌੜੇ ਜੇ, ਠੀਕ ਹੈ। ਅਤੇ ਉਹਨਾਂ ਦੀ ਜੱਜਮੈਂਟ ਹੋ ਗਈ ਸੀ ਅੰਦਰ, ਅਤੇ ਫਿਰ ਅਸੀਂ ਦੋ ਜਾਣੇ ਗਏ। ਮੇਰਾ ਤਾਂ ਚਲੋ ਸਰ ਲੌਂਗ ਕੋਟ ਪਾਇਆ ਹੋਇਆ ਸੀ, ਐਵੇਂ ਕਹਾਂ ਜੇ ਨਹੀਂ ਪਰੂਫ ਹੈਗਾ, ਪਰੂਫ ਵੀ ਹੈਗਾ ਆਪਣੇ ਕੋਲ, ਫੋਟੋ ਹੈਗੀ ਆਪਣੇ ਕੋਲ, ਉਦਣ ਰਾਤ ਦੀ ਭੁੱਖੇ ਸੁੱਤੇ ਸੀ, ਭੁੱਖੇ ਸੁੱਤੇ ਆ, ਉਦਣ ਅਸੀਂ ਰਾਤੀ ਘਰੇ ਕਹਿ ਕੇ ਗਏ ਹਾਂ ਵੀ ਹਾਂ ਉਹ ਮੁੰਡੇ ਦੇ ਨਾਲ ਵਿਆਹ 'ਤੇ ਚੱਲੇ ਹਾਂ, ਪਰ ਇਹ ਨਹੀਂ ਪਤਾ ਕਿਸੇ ਮੁੰਡੇ ਦੇ ਨਾਲ ਚੱਲੇ ਹੀ ਨਹੀਂ ਸੀ, ਵਿਆਹ 'ਤੇ ਚੱਲੇ ਹੀ ਨਹੀਂ ਜਾਏ ਸੀ। ਸੋ ਕੀ ਗੱਲ ਹੋਈ, ਅੰਦਰ ਗਏ ਵਿਆਹ 'ਤੇ, 2-4 ਜਣਿਆਂ ਨੂੰ ਬਾਊਂਸਰ ਨੋਟਿਸ ਕਰ ਰਹੇ ਨੇ, ਠੀਕ ਹੈ ਜੀ, ਵੀ ਬੰਦੇ ਨਜਾਇਜ਼ ਨੇ ਆਏ ਹੋਏ, ਠੀਕ ਹੈ। ਦੋ ਜਣੇ ਅਸੀਂ ਗਏ,
ਅਸੀਂ ਪਲੇਟ ਜਦੋਂ ਚੱਕਣ ਲੱਗੇ ਮੇਰੀ ਬਾਊਂਸਰਾਂ 'ਤੇ ਨਜ਼ਰ ਪੈ ਗਈ ਵੀ ਇਹਨਾਂ ਨੇ ਨੋਟਿਸ ਕਰ ਲਿਆ ਵਾ ਵੀ ਕੰਮ ਖਰਾਬ ਹੈ। ਮੈਂ ਕੀ ਕੀਤਾ, ਮੈਂ ਫੋਨ ਕੱਢਿਆ, ਜਿਹੜੇ ਬਾਕੀ ਸੀਗੇ ਦੋ ਦੋ ਗਰੁੱਪ ਬਣਾਈ ਫਿਰੇ, ਮੈਂ ਉਹਨਾਂ ਨੂੰ ਕਾਲ ਕੀਤੀ ਵੀ ਇੱਥੇ ਚੱਕਰ ਆ, ਬਾਹਰ ਨੂੰ ਨਿਕਲ ਜਾਓ ਵੀ ਪੰਗਾ ਪੈ ਗਿਆ ਵਾ, ਵੀ ਇੱਥੇ ਕੰਮ ਸਹੀ ਨਹੀਂ ਹੈਗਾ, ਵੀ ਆਪਾਂ ਨਿਗਾਹ 'ਚ ਆ ਗਏ ਹਾਂ ਅਤੇ ਵੀ ਪੰਗਾ ਪੈ ਗਿਆ ਅਤੇ ਨਿਕਲ ਜਾਓ ਬਾਈ। ਅਤੇ ਇਹ ਗੱਲ ਤਾਂ ਮੈਨੂੰ ਬਿਲਕੁਲ ਨਹੀਂ ਦੱਸਿਆ ਗਿਆ, ਮੈਂ ਆਇਆ, ਮੈਂ ਇਹਨਾਂ ਨੂੰ ਹੈਲੋ ਹਾਈ ਕੀਤੀ, ਮਿਲਿਆ ਅਤੇ ਖੜ ਗਿਆ, ਇਹ ਮੇਰੇ ਨਾਲ ਹੀ ਖੜ ਗਿਆ, ਆਪਣੇ ਖੜ ਕੇ ਮੈਂ ਆਪਣਾ ਲੁਧਿਆਣੇ ਦੇ ਮੰਤਰੀ ਸਾਹਿਬ, ਆਪਾਂ ਨਾਂ ਕਿਸੇ ਦਾ ਨੀ ਲੈਣਾ, ਮੰਤਰੀ ਸਾਹਿਬ ਖੜੇ ਸੀ ਕਿਤੇ ਸਾਈਡ ਤੇ। ਮੈਂ ਕੀ ਕੀਤਾ, ਮੈਂ ਕਿਹਾ ਬਚਣਾ ਤਾਂ ਹੁਣ ਹੈਗਾ ਹੀ ਆ, ਘੇਰਾ ਪਿਆ ਕਿਵੇਂ, ਘੇਰਾ ਹਜੇ ਬਾਅਦ ਚੋਂ ਦੱਸ ਦਿਆ, ਕਿਵੇਂ ਪਿਆ। ਮੰਤਰੀ ਸਾਹਿਬ ਖੜੇ ਸੀ, ਗੱਲਾਂ ਗੁੱਲਾਂ ਮਾਰ ਰਹੇ ਸੀ, ਅਸੀਂ ਵੀ ਮੰਤਰੀ ਸਾਹਿਬ ਦੇ ਨਾਲ ਜਾ ਕੇ ਖੜੇ, ਮੰਤਰੀ ਸਾਹਿਬ ਨਾਲ ਲੈ ਲਓ ਯਾਰ, ਨਹੀਂ ਨਹੀਂ ਉਹ ਬਾਅਦ ਚ ਲਵਾਂਗੇ ਯਾਰ, ਹਜੇ ਨਹੀਂ ਨਾ, ਮੰਤਰੀ ਸਾਹਿਬ ਦਾ ਨਾਮ ਨਹੀਂ ਲੈਣਾ ਹਜੇ, ਬਾਅਦ ਚ ਲਵਾਂਗੇ ਇਹਨਾਂ ਦੇ ਵਿੱਚ। ਮੰਤਰੀ ਸਾਹਿਬ ਦੇ ਅਸੀਂ ਜਾ ਕੇ ਖੜ ਗਏ ਨਾਲ, ਠੀਕ ਹੈ, ਤੇ ਵੀ ਅਸੀਂ ਇਹਨਾਂ ਦੇ ਨਾਲ ਹੀ ਆ, ਪਹਿਲਾਂ ਉਹਨਾਂ ਦੇ ਮੰਤਰੀ ਸਾਹਿਬ ਦੇ ਅਸੀਂ ਪੈਰੀ ਪੂਰੀ ਹੱਥ ਲਾਏ ਵੀ ਅਸੀਂ ਤੁਹਾਡੇ ਨਾਲ ਹੀ ਆ ਮਹਾਰਾਜ, ਉਹ ਵੀ ਮੰਤਰੀ ਸਾਹਿਬ ਨੇ ਤਾਂ ਕਹਿਣਾ ਹੀ ਹਾਂਜੀ ਹੋਰ ਬੇਟਾ, ਸਾਰੇ ਅਗਲਾ ਕਹਿੰਦਾ ਜਾਣਦਾ ਬਿਲਕੁਲ, ਸਾਨੂੰ ਕਿੱਥੇ ਜਾਣਦੇ ਸੀ ਉਹ। ਤੇ ਚਲੋ ਜੀ ਨਾਲ ਖੜ ਗਏ, ਤੇ ਜਦੋਂ ਮੈਂ ਇਹਨਾਂ ਨੂੰ ਕਾਲ ਕੀਤੀ ਹੋਈ ਸੀ ਵੀ ਨਿਕਲ ਜਾਓ ਭਾਈ, ਪਹਿਲਾਂ ਦੋ ਜਣੇ ਉਹ ਬਾਹਰ ਨੂੰ ਨਿਕਲੇ, ਦੋ ਜਣੇ ਫਿਰ ਬਾਹਰ ਨੂੰ ਨਿਕਲੇ, ਚਾਰ ਜਣੇ ਸੀ ਉਹ ਨਿਕਲੇ, ਦੋ ਕਰਕੇ ਬੜੇ ਸੀ, ਦੋ ਕਰਕੇ ਬਾਹਰ ਨਿਕਲੇ, ਹਾਂ ਜਿਵੇਂ ਦੋ ਕਰਕੇ ਬੜੇ ਸੀ ਉਵੇਂ ਦੋ ਕਰਕੇ ਬਾਹਰ ਨਿਕਲੇ, ਬਾਹਰ ਨੂੰ ਐਡੇ ਐਡੇ ਚੌੜੇ ਚੌੜੇ ਬਾਊਂਸਰ ਐ ਖੜੇ, ਛਾਤੀਆਂ ਫੈਲਾਈਆਂ, ਐਡੇ ਐਡੇ ਡੌਲੇ ਕੱਢੇ, ਹਾਂਜੀ ਕਹਿੰਦਾ ਕਿੱਧਰੋਂ ਰੋਕ ਲਏ, ਅਸੀਂ ਪਿੱਛੇ ਸੀਗੇ, ਤੇ ਅਸੀਂ ਜਦੋਂ ਨਿਕਲੇ, ਅਸੀਂ ਜਦੋਂ ਨਿਕਲੇ ਤੇ ਬਾਹਰ ਨੂੰ ਨਿਕਲੇ, ਉਹ ਫੜੇ ਹੋਏ ਸੀ, ਚਾਰਾਂ ਨੂੰ ਫੜਿਆ ਹੋਇਆ ਸੀ ਉਹਨਾਂ ਨੇ, ਅਸੀਂ ਜਦੋਂ ਤਿੰਨੇ ਲਾਸਟ 'ਚ ਨਿਕਲੇ, ਅਸੀਂ ਕਿਹਾ ਚੱਲ ਇਹਨਾਂ ਨੂੰ ਇੱਧਰ ਖੜਾਇਆ ਹੋਇਆ ਸੀ ਉਹਨਾਂ ਨੇ, ਠੀਕ ਹੈ, ਤੇ ਅਸੀਂ ਇੱਧਰਲੀ ਸਾਈਡ ਤੋਂ ਫਟਾਫਟ ਗੇਟ ਨੂੰ ਭੱਜਣ ਨੂੰ ਕਰ ਰਹੇ ਸੀ ਵੀ ਗੇਟ ਇੱਕ ਵਾਰ ਪਾਰ ਕਰ ਜਾਈਏ ਪੈਲਸ ਦਾ, ਬਾਅਦ ਦੀ ਗੱਲ ਬਾਅਦ 'ਚ ਆ, ਕਿਉਂਕਿ ਉਹ ਤਾਂ ਫੜੇ ਹੋਏ ਸੀ, ਉਹ ਤਾਂ ਫੜੇ ਹੋਏ ਸੀ ਉਹਨਾਂ ਨੇ, ਉਹਨਾਂ ਨੇ ਕੀ ਕੀਤਾ ਜੀ, ਫਿਰ ਗੱਲ ਇਉਂ ਹੋਈ। ਜਿੱਥੇ ਚਾਹ ਉੱਥੇ ਦਾ। ਸੋ ਗੱਲ ਕੀ ਹੋਈ ਸਰ, ਅਸੀਂ ਬਾਹਰ ਨੂੰ ਨਿਕਲੇ ਜਦੋਂ, ਬਿਲਕੁਲ ਬਾਹਰ ਨੂੰ ਨਿਕਲਦੇ, ਚਾਰ ਜਾਣੇ ਤਾਂ ਫੜੇ ਹੋਏ ਸੀਗੇ, ਪਰ ਜਿਹੜੇ ਬਾਊਂਸਰਾਂ ਨੂੰ ਸੀ ਸਾਡੇ 'ਤੇ ਥੋੜ੍ਹਾ ਜਿਹਾ ਸ਼ੱਕ ਸੀ ਉਹਨਾਂ ਨੂੰ, ਠੀਕ ਹੈ ਜੀ, ਕਿਉਂਕਿ ਅਸੀਂ ਮੰਤਰੀ ਸਾਹਿਬ ਦੇ ਨਾਲ ਖੜ ਗਏ ਸੀ ਜਾ ਕੇ, ਕਹਿੰਦੇ ਨਹੀਂ ਵੀ ਇਹਨਾਂ ਨੂੰ ਨਹੀਂ ਰੋਕਣਾ। ਅਸੀਂ ਤਿੰਨੇ ਜਾਣੇ ਜਦੋਂ ਫਟਾਫਟ ਭੱਜ ਕੇ ਬਾਹਰ ਨੂੰ ਨਿਕਲਣ ਲੱਗੇ, ਸਾਡੇ ਯਾਰ ਦੋਸਤ ਫੜੇ ਹੋਏ ਸੀ, ਅਸੀਂ ਕਿਹਾ ਸੀ ਵੀ ਇਹਨਾਂ ਦਾ ਜਾ ਕੇ ਬਾਹਰ ਜਾ ਕੇ ਕੋਈ ਜੁਗਾੜ ਲਾਉਂਦੇ ਹਾਂ ਵੀ ਦੇਖਦੇ ਹਾਂ ਵੀ ਇਹਨਾਂ ਨੂੰ ਕਿਵੇਂ ਬਚਾ ਸਕਦੇ ਹਾਂ ਅਸੀਂ, ਠੀਕ ਹੈ ਜੀ। ਇੱਕ ਮਿੰਟ, ਸੌਰੀ, ਵਾਹਿਗੁਰੂ, ਵੀ ਇਹਨਾਂ ਨੂੰ ਕਿਵੇਂ ਬਚਾ ਸਕਦੇ ਹਾਂ ਅਸੀਂ ਬਾਹਰ ਜਾ ਕੇ। ਅਸੀਂ ਬਾਹਰ ਨਿਕਲਦੇ, ਤੇ ਇੱਕ ਮੁੰਡਾ ਹੁੰਦਾ ਸੀ ਸਾਡੇ 'ਚ ਸ਼ੈਰੀ, ਇੰਗਲੈਂਡ ਚਲੇ ਗਿਆ ਹੁਣ ਮੁੰਡਾ ਉਹ। ਅੱਛਾ ਜੀ। ਅਸੀਂ ਬਚ ਜਾਣਾ ਸੀਗਾ, ਉਹ ਸਾਲੇ ਨੇ ਸਾਨੂੰ ਫਸਾਇਆ, ਉਹਨੇ ਕੰਜਰ ਨੇ ਸਾਨੂੰ ਵਾਏ ਮਾਰ ਲਈ, ਕਹਿੰਦਾ ਬੱਬਲ ਕਹਿੰਦਾ ਵੀ ਸਾਡੇ ਨਾਲ ਨੇ, ਕਹਿੰਦਾ ਮੈਂ ਦੇਖਿਆ ਨੀ ਪਿੱਛੇ, ਮੈਂ ਭੱਜੋ ਸਿੱਧਾ ਹੀ, ਕਹਿੰਦਾ ਬੱਬਲ ਮੈਂ ਫਿਰ ਨੀ ਦੇਖਿਆ, ਜਦੋਂ ਆਈ ਬਾਊਂਸਰਾਂ ਦੀ ਆਵਾਜ਼, ਕਹਿੰਦਾ ਹੈਲੋ ਸੁਣਦੇ ਹੋ, ਆਈਏ ਮਗਰ ਹੀ ਆਈਏ ਫਿਰ ਮੁੜੇ, ਹਾਂਜੀ ਭਾਜੀ, ਕਹਿੰਦਾ ਆਜੋ ਇੱਧਰ ਆਜੋ, ਕਹਿੰਦਾ
ਮੈਨੂੰ ਸਾਲਾਂ ਨੇ ਜਮਣ ਦੱਸਿਆ ਵੀ ਕੀ ਮੰਗਾ ਕੀ ਨਹੀਂ, ਮੈਂ ਆਰਾਮ ਨਾਲ ਫਲੋ ਫਲੋ ਚ ਘੁੰਮਦਾ ਮੇਰੇ ਨਾਲ ਪੂਰੇ ਮਜ਼ੇ ਨਾਲ। ਅਸੀਂ ਆ ਗਏ ਭਾਜੀ ਵਾਪਸ ਆ ਗਏ ਅਸੀਂ, ਚਲੋ ਜੀ ਸਾਨੂੰ ਫੜ ਲਿਆ ਉੱਥੇ, ਘੇਰਾ ਪੈ ਗਿਆ ਸਾਨੂੰ, ਕਹਿੰਦੇ ਲਿਆਓ ਜੀ ਆਈਡੀਆਂ ਕੱਢੋ ਜੀ, 7-8 ਬਾਉਂਸਰ ਚੌੜੇ ਚੌੜੇ 6-6.5 ਫੁੱਟ ਦੇ ਬਾਉਂਸਰ ਫੁੱਲੇ ਪਏ ਫੁੱਲੇ ਹੋਏ, ਖਾ ਖਾ ਭੈ ਪਤਾ ਨਹੀਂ ਕੀ ਖਾਂਦੇ ਨੇ ਉਹ, ਪਤਾ ਨਹੀਂ ਕਿਹੜੀ ਰੋਟੀ ਖਾਂਦੇ ਨੇ, ਕਿਹੜਾ ਸ਼ੇਕ ਪੀਂਦੇ ਨੇ ਪ੍ਰੋਟੀਨ, ਅੱਡੇ ਅੱਡੇ ਫੁੱਲੇ ਪਏ ਆ ਕੇ ਸਾਨੂੰ ਘੇਰ ਲਿਆ। ਮੈਂ ਕਿਹਾ ਥੱਪੜੇ ਥੁੱਪੜ ਨਹੀਂ ਸੁੱਟਦਾ, ਸ਼ੁਕਰ ਕਰੋ ਇਹਦੇ ਰੱਬ ਦੀ ਮਿਹਰ ਆ, ਹੱਥ ਨਹੀਂ ਲਾਇਆ ਸਾਨੂੰ ਕਿਸੇ ਨੇ। ਚਲੋ ਫਿਰ ਕੀ ਹੋਇਆ, ਸਾਡੇ ਨਾਲ ਬਹਿਸ ਬਸਾਈ ਕਰਨ ਲੱਗ ਗਏ, ਅਸੀਂ ਤਾਂ ਜੈਨੂਅਨ ਸੀਗੇ, ਜੇ ਸੀ ਵੋ ਸੀ, ਬਾਊਂਸਰ ਥੋੜ੍ਹਾ ਰੂਡ ਹੋ ਗਏ ਸਾਡੇ ਨਾਲ, ਨਜਾਇਜ਼ ਬੜੇ ਜੇ ਹੈ ਵੋ ਹੈ, ਪਰ ਉਹਨੂੰ ਸਿੱਧੀ ਦੱਸਤੀ ਅਸੀਂ ਗੱਲ ਵੀ ਹਾਂ ਬੜੇ ਨਜਾਇਜ਼ ਆ, ਹੈ ਬੰਦੇ ਅਸੀਂ ਜੈਨੂਅਨ ਆ, ਠੀਕ ਆ, ਫਿਲਮ ਦੇਖਣ ਆਏ ਸੀ ਉਰੇ, ਠੀਕ ਆ, ਚਾਹ ਚਾਹ ਦੇ ਵਿੱਚ ਅਸੀਂ ਕਿਹਾ ਵੀ ਅੱਜ ਅਸੀਂ ਇੱਥੇ ਰੋਟੀ ਖਾ ਕੇ ਪਹਿਲਾਂ ਵੀ ਖਾਧੀ ਸੀ ਯਾਰ, ਪਹਿਲੀ ਵਾਰ ਬੜੇ ਸੀ, ਹਾਂ ਪਹਿਲਾਂ ਵੀ ਮੁੰਡੇ ਜਿਵੇਂ ਕਰਦੇ ਆ ਯਾਰ, ਖੱਪ ਖਾਨਾ ਜੇ ਹੈ ਵੋ ਹੈ, ਵੜ ਕੇ ਅੰਦਰ ਬਸ ਫਿਰ ਬੜੇ ਉਹਨੂੰ ਦੱਸੀ ਗੱਲ ਦੱਸੀ, ਉਹ ਕਹਿੰਦੇ ਨਹੀਂ ਨਹੀਂ, ਉਹ ਕਹਿੰਦੇ ਆਫਿਸ ਚੱਲੋ, ਉਹੀ ਚੌੜਬਾਜੀ ਕਰਨ ਲੱਗੇ ਸਾਡੇ ਨਾਲ, ਆਫਿਸ ਚਲੋ ਤੁਹਾਡੀ ਫੋਟੋਆਂ ਖਿੱਚਾਂਗੇ, ਚੋਰ ਨੇ ਜੇ ਹੈ, ਚੋਰੀ ਹੁੰਦੀ ਹੈ ਇੱਥੇ, ਜੇ ਹੋ ਜਾਂਦਾ ਇੱਥੇ ਵਿਆਹ, ਮੈਂ ਕਿਹਾ ਚੱਲ ਭਾਈ ਆਫਿਸ ਚ, ਬਸ ਇਹ ਡਰ ਸੀਗਾ ਕੋਈ ਫੋਟੋਆਂ ਨਾ ਸਾਡੀਆਂ ਖਿੱਚ ਖੁੱਚ ਕੇ ਵਾਇਰਲ ਕਰ ਦੇਣ, ਹੋਰ ਕੋਈ ਚੱਕਰ ਨਹੀਂ ਸੀਗਾ, ਐਵੇਂ ਅਸੀਂ ਫੋਟੋਆਂ ਦਿਖਾਈਆਂ ਉਹਨੂੰ ਫੈਮਿਲੀ ਦੀਆਂ, ਆਈਡੀ ਕਾਰਡ ਦਿੱਤੇ ਆਪਣੇ ਸੀਗਾ ਯਾਰ, ਸਾਡਾ ਐਡਰੈਸ ਲੈ ਲਾ, ਹੋਰ ਕੁਛ ਲੈ ਲਾ ਭਰਾਵਾ, ਸਾਨੂੰ ਉਹੋ ਜਿਹੀ ਕੋਈ ਗੱਲ ਨਹੀਂ ਹੈਗੀ। ਉਹ ਆਪਣੀ ਚੌੜ ਚ ਲੱਗੇ ਹੋਏ ਸੀ ਵੀ ਪਤਾ ਨਹੀਂ ਸਾਲੇ ਕਿਹੜੇ ਅੱਤਵਾਦੀ ਫੜ ਲਏ ਹੁੰਦੇ ਨੇ, ਠੀਕ ਆ ਵੀ 7 ਅੱਤਵਾਦੀ ਅੰਦਰ ਵੜ ਕੇ ਸਰੈਂਡਰ ਕਰ ਲਏ, ਬਸ ਉਹ ਐਂ ਲੱਗੇ ਹੋਏ ਸੀ ਆਪਣੀ ਕਰਨ ਉਹ। ਚਲੋ ਜੀ ਫਿਰ ਕੀ ਕਹਿੰਦੇ ਆ, ਉੱਥੇ ਰੌਲਾ ਜਿਹਾ ਪਈ ਗਿਆ ਸਾਡਾ, ਸਾਡਾ ਇੱਕ ਆੜੀ ਹੋਰ ਸੀਗਾ, ਉਹਦਾ ਨਾਂ ਸੀ ਚੰਨੀ, ਉਹ ਆਪਣੇ ਆਪ ਚ ਹੀ ਪੂਰਾ ਬਦਮਾਸ਼, ਕਹਿੰਦਾ ਹਾਂਜੀ ਲੜਾਈ ਦੇ, ਮਤਲਬ ਮੈਂ ਮਨਾ ਲਿਆ ਸੀ ਬਾਊਂਸਰ, ਉਹਨੇ ਲੜਾਈ ਦਾ ਮੌਕਾ ਏਦਾਂ ਸੀ ਵੀ ਲੜਾਈ ਦਾ ਮੌਕਾ ਛੱਡਦਾ ਹੀ ਨਹੀਂ ਸੀ, ਜਿੱਥੇ ਗੱਲ ਸੋਲਵ ਹੋਣ ਵਾਲੀ ਵੀ ਹੁੰਦੀ ਆ, ਉੱਥੇ ਪਹਿਲੇ ਜਾ ਕੇ ਆਪਣਾ ਕਲੇਸ਼ ਬਣ ਦਿੰਦੇ ਆ, ਪਹਿਲਾਂ ਹੀ ਆਪਣੀਆਂ ਬਾਹਾਂ ਚ, ਉਹ ਸਾਡੇ ਵੀ ਆੜੀ ਬਾਊਂਸਰ ਨੇ, ਸਾਡੀ ਭਾਜੀ ਨੂੰ ਜਾਣਦੇ ਹੋ ਆਪਣੇ ਹੀ ਨੇ, ਸਾਰੇ ਏਰੀਏ ਚ ਆਪਣੇ ਹੀ ਲੱਗੇ ਹੋਏ ਨੇ, ਕੋਈ ਚੱਕਰ ਨਹੀਂ ਤੁਹਾਡੀ ਗੱਲ ਕਰਾ ਦਿੰਦੇ ਆ, ਉਹ ਹੋਰ ਚੌੜੇ ਹੋ ਗਏ ਬਈ ਬਾਊਂਸਰ। ਉਹ ਮੈਂ ਕਿਹਾ ਬਈ ਛੱਡੋ ਕੋਈ ਗੱਲ ਨਹੀਂ ਯਾਰ, ਤੂੰ ਸਾਡਾ ਅੱਗਾ ਪਿਛੋਕੜ ਜਾਂ ਕੋਈ ਆਧਾਰ ਕਾਰਡ ਜਾਂ ਕੁਛ ਲੈਣਾ ਵੀਰੇ, ਸਾਰਾ ਕੁਝ ਦੇਖ ਲਾ, ਸਾਨੂੰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈਗੀ, ਖੱਪ ਖੱਪ ਚ ਆ ਗਏ ਖਾਣ ਪੀਣ ਆਇਆ, ਸਿੱਧੀ ਗੱਲ ਆ ਯਾਰ, ਕੋਈ ਚੱਕਰ ਹੀ ਨਹੀਂ ਹੈਗਾ, ਥੋੜੇ ਹੋਰ ਚੌੜੇ ਹੋ ਗਏ, ਹੋਰ ਚੌੜੇ ਹੋ ਗਏ ਉਹ ਸਾਲੇ, ਤੇ ਨਹੀਂ ਨਹੀਂ ਜੇ ਹੈ ਵੋ ਹੈ, ਮੈਂ ਕਿਹਾ ਯਾਰ ਇਹ ਤਾਂ ਕੰਮ ਫਸ ਗਿਆ ਬਾਈ, ਕੀ ਕਰੀਏ ਹੁਣ। ਚਲੋ ਕੁਦਰਤੀ ਉਹ ਮੰਤਰੀ ਸਾਹਿਬ ਖਾ ਪੀ ਕੇ ਅੰਦਰੋਂ ਬਾਹਰ ਨਿਕਲਦੇ ਜਾਂਦੇ ਸੀਗੇ, ਤੇ ਬਾਹਰ ਨਿਕਲਦੇ ਨਿਕਲਦੇ ਜਾਂਦੇ ਇਹਦਾ ਬਾਹਰ ਨਿਕਲਦੇ ਪਏ ਸੀ ਉਹ, ਇਹਦਾ ਮੌਕੇ ਤੇ ਪਤਾ ਨਹੀਂ ਕੀ ਦਿਮਾਗ ਚ ਆਇਆ, ਮੈਂ ਨਿਕਲ ਫੜਾ ਫੜ ਭੱਜਿਆ ਉਹਨਾਂ ਕੋਲ ਜਾ ਕੇ ਪੈਰੀ ਹੱਥ ਲਾ ਤੇ, ਮੈਂ ਕਿਹਾ ਪੈਰੀ ਹੁਣ ਇਹੀ ਬਚਾ ਸਕਦਾ, ਪੈਰੀ ਹੱਥ ਲਾ ਕੇ ਇਹਨਾਂ ਦੇ ਕੰਨ ਵਿੱਚ ਖੁਸਪੁਸ ਕਰਨ ਲੱਗ ਗਿਆ ਕੁਝ, ਮੈਂ ਕਿਹਾ ਜੀ, ਕਹਿੰਦਾ ਹਾਂਜੀ ਬੇਟਾ, ਮੈਂ ਕਿਹਾ ਜੀ ਹੋਰ ਠੀਕ ਹੋ ਅੰਕਲ ਜੀ, ਕਹਿੰਦਾ ਹਾਂਜੀ ਹਾਂਜੀ ਠੀਕ ਹੈ ਰਾਜੇ, ਤੇ ਮੈਂ ਕਿਹਾ ਜੀ ਐਂ ਗੱਲ ਹੋਈ ਆ ਜੀ, ਅਸੀਂ ਹੈਗੇ ਆ ਜੈਨੂਅਨ ਬੰਦੇ, ਖਾਣ ਪੀਣ ਆਏ ਸੀ ਇੱਥੇ ਵਿਆਹ ਦੇ ਵਿੱਚ, ਮੌਲ ਚਲ ਹੋਰ ਤੇ ਕੀ ਕਹਿੰਦੇ ਆ, ਜੇ ਸਾਡਾ ਤੁਸੀਂ ਪਤਾ ਕਰਾਉਣਾ ਕਰਾ ਲਓ ਜੇ ਉਹ ਸਾਰਾ ਕੁਛ, ਮੰਤਰੀ ਸਾਹਿਬ ਵੀ ਮਤਲਬ ਵਧੀਆ ਸੀਗੇ ਯਾਰ, ਉਹਨਾਂ ਨੇ ਮਤਲਬ ਉਦਣ ਬਹੁਤ ਹੈਲਪ ਕੀਤੀ, ਮਤਲਬ ਭੁੱਲਣ ਯੋਗ ਵਾਲਾ ਕੰਮ ਨਹੀਂ ਹੈਗਾ ਉਹਨਾਂ ਨੂੰ, ਜਿੱਦਣ ਵੀ ਮਿਲੇ ਉਹਨਾਂ ਨੂੰ ਦੱਸਾਂਗੇ ਅਸੀਂ ਵੀ ਗੱਲ, ਬਿਲਕੁਲ ਬਿਲਕੁਲ, ਕੀ ਪਤਾ ਆਪਣੀ ਵੀਡੀਓ ਵਾਇਰਲ ਹੋ ਜਾਵੇ ਪਹੁੰਚ ਜੇ ਉਹਨਾਂ ਤੱਕ, ਤੇ ਬਸ ਫਿਰ ਯਾਰ ਕੀ ਕਹਿੰਦੇ ਨੇ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਵੀ ਐਂ ਗੱਲ ਹੋ ਗਈ ਯਾਰ ਸਾਡੀ, ਕੀ ਗਿਆ ਪੂਰਾ ਦੱਸੋ ਨਾ, ਵਰਤ ਮੈਂ ਉਹਨਾਂ ਨੂੰ ਦੱਸਤਾ ਯਾਰ ਵੀ ਇੱਥੇ ਆਏ ਸੀ ਫਿਰੋਜ਼ਪੁਰ ਰੋਡ ਘੁੰਮਦੇ ਸੀ, ਫਿਲਮ ਫਿਲਮ ਦੇਖੀ ਆ, ਉਹ ਤੋਂ ਬਾਅਦ ਨਜਾਇਜ਼ ਖਾਣ ਵੜ ਕੇ ਇਹਨਾਂ ਨੇ ਫੜ ਲਿਆ ਸਾਨੂੰ, ਹੁਣ ਧਮਕਾਉਂਦੇ ਨੇ ਤੁਹਾਡੀ ਫੋਟੋ ਮੈਂ ਖਿੱਚਾਂਗੇ ਜੇ ਕਰਾਂਗੇ, ਮਹਾਰਾਜਾ ਨਹੀਂ ਸੀਗਾ, ਬਹੁਤ ਤਕੜਾ ਵਿਆਹ, ਪੁਰਾਣੀ ਗੱਲ ਆ, ਬਹੁਤ ਤਕੜਾ ਸੀ, ਕੱਪੜੇ ਸਾਡੇ ਭੈੜੇ ਸੀ, ਮੇਰੇ ਕੱਪੜੇ ਕੋਟ ਪੈਂਟ ਪਾਏ ਸੀ ਕਿਉਂਕਿ ਮੈਨੂੰ ਕਹਿੰਦਾ ਮੈਨੂੰ ਬੁਲਾਇਆ, ਆਪ ਲੌਂਗ ਕੋਟ ਦੇ ਵਿੱਚ ਮੇਰੇ ਕੋਟ ਪੈਂਟ ਪਾਏ, ਨਹੀਂ 7 ਜਣੇ ਵੜ ਗਏ ਅੰਦਰ, ਉਹ ਵੀ ਮੁੰਡੇ ਖੁੰਡੇ, ਫੈਮਲੀਆਂ ਕਿੱਥੇ ਨੇ ਆਈ ਨੀ ਹੈ। ਚਲੋ ਜੀ ਫਿਰ ਉਹਨਾਂ ਨੂੰ ਗੱਲ ਕੀਤੀ ਵੀ ਭਾਈ ਐਂ ਗੱਲ ਆ,
ਦੱਸੋ ਮਹਾਰਾਜ ਹੱਲ ਕੱਢੋ। ਮੰਤਰੀ ਸਾਹਿਬ ਨੇ ਸਿੱਧਾ ਹੀ ਬਾਂਸਰਾਂ ਨੂੰ, ਹੈਲੋ ਬਾਂਸਰਾਂ ਨੂੰ ਕਹਿ ਤਰਾ ਇਹ ਮੇਰੇ ਨਾਲ ਆਏ ਨੇ, ਕਹਿੰਦਾ ਸਾਰੇ ਮੇਰੇ ਬੱਚੇ ਨੇ, ਸਾਰੇ ਆਪਣੇ ਹੀ ਨੇ, ਕਹਿੰਦਾ ਇਹ ਜੋ ਖਾਣਾ ਇਹਨਾਂ ਨੇ ਕਹਿੰਦਾ ਰੱਜ ਕੇ ਖਿਲਾਓ, ਕਹਿੰਦਾ ਰੱਜ ਕੇ ਖਿਲਾਓ ਇਹਨਾਂ ਨੂੰ। ਚਲੋ ਜੀ ਫਿਰ ਉਹਨਾਂ ਨੇ ਕਿਹਾ, ਮੈਂ ਕਿਹਾ ਤੁਸੀਂ ਬਾਹਰ ਕਢਾ ਦੋ ਸਾਨੂੰ ਬਸ। ਕਹਿੰਦਾ ਨਹੀਂ ਬੇਟਾ ਤੁਹਾਨੂੰ ਮੈਂ ਕਹਿਤਾ ਤੁਸੀਂ ਖਾਓ, ਉਹ ਮੈਂ ਕਿਹਾ ਨਾ ਅਸੀਂ ਨੀ ਖਾਣਾ, ਅਸੀਂ ਹੁਣ ਆਪਣੇ ਪੈਸਿਆਂ ਦਾ ਹੀ ਖਾਵਾਂਗੇ ਬਾਹਰ। ਚਲੋ ਜੀ ਸਾਨੂੰ ਬਸ ਹੀ, ਫਿਰ ਉਹ ਕਹਿੰਦੇ ਛੱਡ ਦਿਓ ਵੀ ਇਹਨਾਂ ਨੂੰ ਛੱਡ ਦਿਓ। ਇੱਕ ਮੁੰਡੇ ਦਾ ਆਈ ਕਾਰਡ ਫੜਿਆ ਹੋਇਆ ਸੀ ਉਹਨਾਂ ਨੇ, ਨਹੀਂ ਨਹੀਂ ਆਈ ਕਾਰਡ ਫੜਾ ਕੇ ਰੱਖ। ਉਹ ਮੈਂ ਕਿਹਾ ਤੇਰੇ ਕਾਲੇ ਦਾ ਆਈ ਕਾਰਡ, ਅਸੀਂ ਹੀ ਲੈਣਾ ਕਾਰਡ, ਮੈਂ ਕਿਹਾ ਰੱਖੀ ਰੱਖਣ ਉਹਨਾਂ ਨੂੰ ਬਾਂਸਰਾਂ ਨੂੰ, ਪਾ ਲਓ ਉਹਨਾਂ ਨੂੰ, ਕਹਿ ਜੇਬ 'ਚ ਕੋਈ ਚੱਕਰ ਨਹੀਂ। ਉਹ ਮੰਤਰੀ ਸਾਹਿਬ ਨਿਕਲੇ, ਮੰਤਰੀ ਸਾਹਿਬ ਤੋਂ ਪਹਿਲਾਂ ਅਸੀਂ ਨਿਕਲੇ ਵੀ ਕਿਤੇ ਮੰਤਰੀ ਸਾਹਿਬ ਨਾਲ ਭੱਜ ਲੈਣ ਤੇ ਉਧਰੋਂ ਕਹਿਣ ਫਿਰ ਆ ਜਾਓ। ਪਰ ਉਹਨਾਂ ਨੇ ਬੜਕ ਦੇ ਨਾਲ ਸਾਨੂੰ ਬਾਹਰ ਕਢਾ ਦਿੱਤਾ, ਬਾਹਰ ਕਢਾ ਦਿੱਤਾ। ਬਿਲਕੁਲ ਸ਼ਾਂਤ ਹੋ ਗਏ ਵੀ ਨਹੀਂ ਯਾਰ, ਹਲਕੇ ਬਾਂਸਰ ਨੂੰ ਵੀ ਪਤਾ ਸੀ, ਬਾਂਸਰ ਵੀ ਕਹਿਣ ਲੱਗੇ ਨਹੀਂ ਸਰ ਉਹ ਕਹਿੰਦਾ ਤੈਨੂੰ ਕਹਿਤਾ ਯਾਰ, ਕਹਿਤਾ ਤੈਨੂੰ ਸਾਡੇ ਨਾਲ ਨੇ, ਗੱਲ ਖਤਮ, ਜੋ ਕਹਿੰਦੇ ਖਾਓ। ਕੀ ਬਾਤ ਹੈ, ਇਹ ਪੁਰਾਣਾ ਕਿੱਸਾ ਹੋ ਗਏ, ਬਹੁਤ 4-5 ਸਾਲ ਹੋ ਗਏ ਇਸ ਗੱਲ ਨੂੰ, ਇਹਨੂੰ ਹੋ ਗਏ 4-5 ਸਾਲ, 5-6 ਸਾਲ ਪੁਰਾਣੀ ਗੱਲ ਆ। ਵਿਆਹ ਤਾਂ ਹੁਣ ਵੀ ਕਰਦਾ ਨਜਾਇਜ਼ ਵੜਨ ਦੇ, ਪਰ ਹੁਣ ਗੱਲ ਕੀ ਆ, ਹੁਣ ਵੱਡੇ ਹੋ ਕੇ ਬਿਜ਼ਨਸ, ਉਸ ਤੋਂ ਬਾਅਦ ਨਾਲ ਡਰ ਵੀ ਹੋ ਜਾਂਦਾ ਥੋੜਾ ਜਿਹਾ, ਬਿਜ਼ਨਸਮੈਨ ਹੋ ਕੇ ਬਿਜ਼ਨਸ 'ਚ ਫਰਕ ਪੈ ਜਾਂਦਾ ਯਾਰ। ਉਦੋਂ ਕੋਈ ਜਾਣਦਾ ਵੀ ਦਲੇਰੀ ਬਹੁਤ ਸੀਗੀ, ਬਹੁਤ ਦਲੇਰੀ ਸੀਗੀ, ਵਿਆਹ ਤਾਂ ਐਂ ਵੜ ਜਾਂਦੇ ਸੀ ਯਾਰ ਅੰਦਰ, ਵਿਆਹ ਤਾਂ ਐਂ ਵੜ ਜਾਂਦੇ ਗੁਰੂ ਘਰ ਜਾਈਦਾ, ਹਾਂ ਵਿਆਹ ਤਾਂ ਐਂ ਜਾਂਦੇ ਸੀ ਅੰਦਰ ਖਾ ਪੀ ਕੇ ਪੂਰਾ। ਮੈਂ ਤਾਂ ਨੱਚ ਕੇ ਵੀ ਆਇਆ ਹੋਇਆ, ਚਲਦੀ ਬਰਾਤ ਪੂਰੀ ਕਹਾਣੀ ਦੱਸੋ, ਚਲਦੀ ਬਰਾਤ ਘੇਰ ਕੇ ਮੈਂ ਟਿਊਸ਼ਨ ਪੜ੍ਹਨ ਜਾਂਦਾ ਸੀ, ਮੇਰੇ ਟਿਊਸ਼ਨ ਵਾਲਾ ਬੈਗ ਪਾਇਆ ਹੋਇਆ, ਮੈਂ ਮੁੰਡਿਆਂ ਨੂੰ ਕਹਿਤਾ, ਬੜਾ ਜਿਗਰਾ ਬਹੁਤ ਹੁੰਦਾ ਸੀ ਉਦੋਂ, ਮੈਂ ਕਿਹਾ ਆਹ ਬਰਾਤ ਦੇ ਵਿੱਚ ਰਾਤ ਨੂੰ ਮੈਂ ਨੱਚ ਕੇ ਜਾਣਾ, ਉਹ ਕਹਿੰਦੇ ਰਹਿਣ ਦੇ ਪੰਗਾ ਪਊ, ਮੈਂ ਕਿਹਾ ਤੈਨੂੰ ਕਹਿਤਾ ਨੱਚ ਕੇ ਜਾਣਾ, ਗੱਲ ਖਤਮ। ਮੈਂ ਮੋਟਰਸਾਈਕਲ ਲਾਇਆ ਸਪਲੈਂਡਰ ਸਾਈਡ ਤੇ, ਬੈਗ ਟੰਗ ਕੇ ਨੱਚਿਆ, ਟੰਗਿਆ ਬੈਗ ਟੰਗ ਕੇ ਵਿੱਚ ਨੱਚ ਗਿਆ, ਮੈਂ ਕਿਹਾ ਨੱਚ ਕੇ ਜਾਊ। ਇਸ ਤੋਂ ਬਾਅਦ ਜਿਹੜਾ ਜਿਹਦਾ ਵਿਆਹ ਸੀ ਉਹਨਾਂ ਫੋਟੋ ਵੀ ਖਿਚਾਈ, ਉਹਨੇ ਫੋਟੋ ਵੀ ਖਿਚਾਈ, ਸੈਲਫੀ ਲਈ ਉਹਨਾਂ, ਉਹ ਵੀ ਹੱਥ ਮਾਰੇ ਠੀਕ ਆ, ਓਕੇ ਆ, ਚੱਕ ਦੋ ਵੱਡੇ, ਉਹਨੂੰ ਵੀ ਨੀ ਪਤਾ ਸੀ ਕੌਣ ਆ, ਬਸ ਠੀਕ ਆ। ਇੱਕ ਮਿੰਟ, ਜੇ ਤੈਨੂੰ ਇੱਕ ਦਿਨ ਲਈ ਸੀਐਮ ਬਣਾ ਦਿੱਤਾ ਜਾਵੇ ਹਨਾ, ਕਿਉਂਕਿ ਵੋਟਾਂ ਦੇ ਦਿਨ ਚੱਲਦੇ ਨੇ, ਚੱਲ ਐਮਪੀ ਤੇ ਆ ਜੀ, ਐਮਪੀ ਦੀਆਂ ਹੋਈਆਂ ਹੁਣ ਪਿੱਛੇ, ਐਮਪੀ ਤੈਨੂੰ ਬਣਾ ਦਈਏ, ਐਮਪੀ ਬਣਾਏਗਾ, ਸੀਐਮ ਬਣਾ, ਚੱਲ ਸੀਐਮ ਬਣਾਤਾ, ਜਦ ਬਣਾਉਣਾ ਹੀ ਕੋਈ ਬਣਾਉਣਾ ਹੀ ਹੈ, ਚੱਜ ਦੀ ਚੀਜ਼ ਬਣਾ, ਚੰਗਾ ਹੁਣ ਸੀਐਮ ਤੇ ਆ ਜਾ, ਜੇ ਤੂੰ ਇੱਕ ਦਿਨ ਲਈ ਸੀਐਮ ਬਣਾਦਾ ਤੂੰ ਕੀ ਕਰੇਂਗਾ, ਕੰਮਾਂ ਦੁੱਡੀਆਂ ਵਾਉਂਗਾ। ਇੱਕ ਮਿੰਟ, ਤੇਰੀ ਵਾਰੀ ਬਾਅਦ ਚ ਆਉ ਪੈਣਾ ਸੇਠੀ ਦੀ, ਨਹੀਂ ਨਹੀਂ ਯਾਰ, ਇੱਕ ਦਿਨ ਲਈ ਜੇ ਤੁਸੀਂ ਮੈਨੂੰ ਸੀਐਮ ਬਣਾਉਂਦੇ ਹੋ, ਇੱਕ ਦਿਨ ਨਹੀਂ ਦੋ ਦਿਨ ਯਾਰ, ਇੱਕ ਦਿਨ ਤਾਂ ਫੇਰ ਛੋਟੀ ਮੋਟੀ ਗੱਲ ਆ, ਉਹੀ ਨਿਕਲ 12 ਵਜੇ ਦੌੜਦਾ ਦੇ ਯਾਰ, ਪੰਜਾਬ ਖਤਰੇ 'ਚ ਹੀ ਰਹਿਣਾ ਆਪਣੇ, ਇੱਕ ਦਿਨ ਲਈ ਬਣਾ ਲਓ ਤੁਸੀਂ, ਚਾਹੇ ਇੱਕ ਸਾਲ ਲਈ ਬਣਾ ਲਓ, ਸਾਡੇ ਹੁੰਦੇ ਆ ਪੰਜਾਬ ਖਤਰੇ 'ਚ ਹੀ ਰਹਿਣਾ, ਇਹ ਤਾਂ ਮਜ਼ਾਕ ਆ, ਜਸਟ ਜੋਕ ਸਪਾਟ, ਬਹੁਤ ਕੁਝ ਕਰ ਸਕਦੇ ਹਾਂ, ਕੀ ਕਰੇਂਗੇ, ਨਸ਼ਾ ਖਤਮ ਕਰਾਂਗੇ ਸਭ ਤੋਂ ਪਹਿਲਾਂ, ਕਿਵੇਂ, ਇੱਕ ਦੇ ਜ਼ੋਰ ਤੇ, ਇੱਕ ਦੇ ਜ਼ੋਰ ਤੇ ਕਿਵੇਂ ਕਹਿੰਦੇ ਆ, ਨਾ ਐ ਨਹੀਂ, ਮਤਲਬ ਪੁਲਿਸ ਨੂੰ ਪੂਰੀ ਖੁੱਲੀ ਛੂਟ ਨਹੀਂ ਹੈਗੀ ਹਜੇ ਵੀ, ਬਿਲਕੁਲ ਪੁਲਿਸ ਨੂੰ ਵੀ ਸਾਰਾ ਕੁਛ ਪਤਾ ਯਾਰ, ਕਿੱਥੇ ਵਿਕਦਾ, ਕਿੱਥੇ ਕੁਛ ਹੁੰਦਾ, ਪੁਲਿਸ ਚਾਹੇ ਨਾ, ਪੁਲਿਸ ਚਾਹੇ ਬਹੁਤ ਕੁਛ ਕਰ ਸਕਦੀ ਆ, ਜਦ ਉਹਨਾਂ ਨੂੰ ਉੱਪਰੋਂ ਡੰਡਾ ਹੋ ਜੇ, ਸਭ ਤੋਂ ਵੱਧ ਪਾਵਰਫੁਲ ਪੁਲਿਸ ਹੁੰਦੀ, ਕਿੱਥੋਂ ਬੰਦਾ ਫੜ ਲਿਆਉਂਦੇ ਨੇ, ਸਾਰਾ ਕੁਛ ਹੋ ਸਕਦਾ ਵਾ, ਸਾਰਾ ਕੁਛ ਹੋ ਸਕਦਾ ਵਾ, ਆਪਣੇ ਤਾਂ ਯਾਰ ਇਹ ਤਾਂ ਨਸ਼ਾ ਦਾ ਚੱਲ ਇੱਕ ਆਹ ਮੁੱਦਾ ਵਾ, ਹੋਰ ਕਈ ਮੁੱਦੇ ਨੇ ਯਾਰ, ਸਹੀ ਗੱਲ ਆ, ਕਿਹੜੇ
ਬਹੁਤ ਮੁੱਦੇ ਨੇ, ਟ੍ਰੈਫਿਕ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਵਾ, ਕੀ ਕਹਿੰਦੇ ਸੜਕਾਂ ਦਾ ਮੁੱਦਾ, ਢਾਬੇ ਦਾ ਬੋਲ ਦੇਖ ਲੈ, ਸਾਰਾ ਕੁਝ ਤੁਸੀਂ ਆ ਗੰਦਾ ਨਾਲਾ ਦੇਖ ਲਓ, ਉਹਦਾ ਮੁੱਦਾ ਵਾ। ਜਿਹੜੀ ਸਰਕਾਰ ਆਉਂਦੀ ਉਹ 'ਤੇ ਪੋਲੀਟਿਕਸ ਕਰਦੀ ਆ ਵੀ ਇਹਨੂੰ ਸਾਫ਼ ਕਰਾਵਾਂਗੇ, ਜੇ ਕਰਾਂਗੇ। ਦਰਿਆ ਹੁੰਦਾ ਸੀ, ਸਾਡੇ ਦਾਦੇ ਪੜਦਾਦੇ ਉੱਥੇ ਨਹਾਉਣ ਜਾਂਦੇ ਸੀ, ਨਹਾਉਂਦੇ ਸੀ ਉੱਥੇ, ਹੈਂ। ਅਤੇ ਅੱਜ ਉਹ ਗੰਦਾ ਨਾਲਾ ਬਣ ਗਿਆ ਹੋਇਆ, ਪੂਰਾ ਪ੍ਰੋਪਰ ਗੰਦਾ ਨਾਲਾ ਬਣ ਗਿਆ। ਉੱਥੇ ਦੱਸੋ ਮੈਨੂੰ, ਉੱਥੇ ਤੁਸੀਂ ਜਿੱਥੇ ਦਰਿਆਵਾਂ ਦੇ ਵਿੱਚ ਨਹਾਉਂਦੇ ਸੀ ਲੋਕ, ਅੱਜ ਉੱਥੇ ਕੂੜਾ ਸਿੱਟਿਆ ਜਾ ਰਿਹਾ। ਅਤੇ ਹਰੇਕ ਸਰਕਾਰ, ਜਿਹੜੀ ਵੀ ਸਰਕਾਰ ਆਉਂਦੀ ਆ ਉੱਥੇ, ਜਿਹੜੀ ਸਰਕਾਰ ਆਉਂਦੀ ਆ ਉੱਥੇ ਆ ਕੇ ਸੰਜੇ ਤਲਵਾਰ ਜੀ ਦਾ ਵੀ ਧੰਨਵਾਦ, ਸਿਮਰਜੀਤ ਬੈਂਸ, ਬਲਵਿੰਦਰ ਬੈਂਸ, ਸਮੁੱਚੀ ਕਾਂਗਰਸ ਲੀਡਰਸ਼ਿਪ, ਕਾਂਗਰਸ ਲੀਡਰਸ਼ਿਪ ਜੀ ਦਾ। ਸੰਜੇ ਜੀ ਨੇ ਮੇਰਾ ਬਹੁਤ ਸਾਥ ਦਿੱਤਾ, ਨੋ ਡਾਊਟ। ਸੰਜੇ ਜੀ ਨੇ ਮੇਰਾ ਬਹੁਤ ਸਾਥ ਦਿੱਤਾ, ਭਾਰਤ ਭੂਸ਼ਣ, ਆਸ਼ੂ ਜੀ, ਚੀਮਾ ਸਾਹਿਬ, ਕਿਹਦਾ ਕਿਹਦਾ ਨਾਮ, ਚੀਮਾ ਕਿਹੜਾ ਯਾਰ, ਚੀਮਾ ਜਿਹੜਾ ਆਸ਼ੂ ਜੀ ਦੇ ਨਾਲ ਹੁੰਦਾ, ਅੱਛਾ ਓਕੇ, ਜਿਹੜਾ ਉਹਦਾ ਅੱਗੇ ਪਹਿਲੀ ਸੀਟ 'ਤੇ ਬੈਠਾ ਸੀ, ਠੀਕ ਆ ਠੀਕ ਆ ਠੀਕ ਆ, ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ। ਪਰ ਤੁਹਾਨੂੰ ਇਹ ਨਹੀਂ ਲੱਗਦਾ ਬਿੱਟੂ ਹਾਰ ਕੇ ਵੀ ਜਿੱਤਿਆ ਹੋਇਆ? ਨੋ ਨੋ, ਸਭ ਤੋਂ ਜ਼ਿਆਦਾ ਮੇਰਾ ਸਾਥ ਦਿੱਤਾ ਮੇਰੀ ਲਾਈਫ ਲਾਈਨ ਅੰਮ੍ਰਿਤਾ ਵੜਿੰਗ ਜੀ ਨੇ, ਤਾੜੀਆਂ। ਜਿਵੇਂ ਸਪੀਚਾਂ ਦੇਣੀਆਂ, ਖੜ ਕੇ ਮਤਲਬ ਗੱਜਣਾ ਉੱਥੇ, ਮਤਲਬ ਪਤਾ ਵੀ ਹੋਣੀ ਚਾਹੀਦੀ ਉਹ ਕਹਿੰਦੇ ਪਏ ਸੀ ਵੀ ਜਿੱਥੇ ਵੀ ਉਹਨਾਂ ਦੀ ਵਾਈਫ ਜਾਵੇ ਸਪੀਚ ਦੇ ਕੇ ਆਵੇ, ਉੱਥੇ 250 ਵੋਟਾਂ ਪੱਕੀਆਂ ਹੋ ਜਾਂਦੀਆਂ। ਬਿਲਕੁਲ ਬਿਲਕੁਲ, ਉਹ ਰਾਜਾ ਬਣੀ ਕਹਿੰਦੇ ਮਤਲਬ ਰੋਕਤਾ ਸੀ, ਕਹਿੰਦੇ ਨਹੀਂ 250 ਤੁਸੀਂ ਘੱਟ ਕਹਿੰਦੇ ਪਏ ਹੋ, 250 ਤੋਂ ਵੀ ਜ਼ਿਆਦਾ। ਉਹ ਵਾਕਈ ਗੱਲ ਸਹੀ ਆ, ਜਿਵੇਂ ਸਾਡੇ ਮਤਲਬ ਕਿ ਇੱਕ ਸਾਡੇ ਏਰੀਆ ਵਿੱਚੋਂ ਆਏ, ਮੈਂ ਆਪ ਦੇਖੀਆਂ ਨੇ ਕਈ ਬੀਬੀਆਂ, ਕਈ ਲੇਡੀਜ਼ ਸੀਗੀਆਂ ਜਿਹੜੀਆਂ ਕਹਿੰਦੇ ਸੀ ਅਸੀਂ ਵੋਟ ਦੀ ਕਾਂਗਰਸ ਨੂੰ ਨਹੀਂ ਪਾਉਣੀ 1984 ਕਰਕੇ, ਜਿਹਨਾਂ ਦੀ ਬੈਕਵਰਡ ਸੋਚ ਆ, ਕਹਿੰਦੇ ਇੱਦਾਂ ਕੀਤਾ ਉੱਦਾਂ ਕੀਤਾ। ਚਲੋ ਉਹ ਪੁਰਾਣੀਆਂ ਗੱਲਾਂ ਨੇ, ਉਹਦੇ ਤਾਂ ਆਪਾਂ ਬਹੁਤ ਬਹੁਤ ਵੱਡੀ ਡਿਬੇਟ, ਆਪਾਂ ਨੂੰ ਪਤਾ ਵੀ ਨਹੀਂ ਉਸ ਚੀਜ਼ ਦਾ ਪੂਰਾ, ਹੈ ਨਾ। ਅਤੇ ਉਹ ਜਦੋਂ ਉਹ ਆਏ ਅੰਮ੍ਰਿਤਾ ਵੜਿੰਗ, ਉਹਨਾਂ ਨੇ ਸਪੀਚ ਦਿੱਤੀ, ਅਤੇ ਉਹ ਤੂੰ ਤੁਸੀਂ ਤੂੰ ਦੇਖ ਲਾ ਵੀ 10 ਮਿੰਟਾਂ ਦੇ ਵਿੱਚ 5 ਬੀਬੀਆਂ ਸੋਚ ਬਦਲਦੀ, ਤਾਂ ਮੈਂ ਆਪ ਦੇਖ ਲਈ ਕੀ ਬਾਤ ਹੈ। ਉਹ ਕਹਿੰਦੇ ਸੀ ਵੋਟ ਜਸਟ ਬਿਕੋਜ਼ ਆਫ ਬਹੁਤ ਸੋਹਣਾ ਬੋਲਣ, ਬਹੁਤ ਤਰੀਕਾ ਵੀ ਸੋਹਣਾ ਯਾਰ, ਉਹਦੀ ਬੇਟੀ ਬਹੁਤ ਸੋਹਣਾ ਬੋਲਦੀ ਆ, ਆਪਾਂ ਨੂੰ ਮਿਲੀ ਸੀ ਨਾ ਵੀਡੀਓ, ਮਤਲਬ ਕੀ ਕਹਿੰਦੇ ਆ, ਆਲ ਅਰਾਊਂਡ ਮਤਲਬ ਸਾਰਾ ਪਰਿਵਾਰ ਹੀ ਲੱਗਿਆ ਹੋਇਆ ਯਾਰ। ਮਤਲਬ ਜੇ ਆਪਾਂ MP ਇਲੈਕਸ਼ਨ ਦੀ ਗੱਲ ਕਰੀਏ, ਤੇ ਸਿਰਫ ਇੱਕੋ ਵਾਈਫ ਸੀ ਜਿਹੜੀ ਆਪਣੇ ਹਸਬੈਂਡ ਨੂੰ ਪ੍ਰੋਪਰਲੀ ਸਪੋਰਟ ਕਰ ਰਹੀ ਸੀ, ਮਤਲਬ ਮੇਰੇ ਹਿਸਾਬ ਨਾਲ ਰਾਜਾ ਵੜਿੰਗ ਜੀ ਇੰਨੀ ਘੈਂਟ ਕੰਪੇਨ ਨਹੀਂ ਕਰਦੇ ਹੋਣੇ ਜਿੰਨੀ ਉਹਨਾਂ ਨੇ ਕੀਤੀ। ਬਿਲਕੁਲ ਬਿਲਕੁਲ, ਪੂਰੀ ਦੱਬ ਕੇ ਮਤਲਬ ਜੋਰਾਂ ਸ਼ੋਰਾਂ ਤੇ, ਚਲੋ ਆਪਾਂ ਕਹਿੰਦੇ ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੇ ਘੱਟ ਕੀਤੀ, ਉਹਨਾਂ ਨੇ ਵੱਧ ਕੀਤੀ, ਮਤਲਬ ਇਹਦੇ ਚ ਸਾਰਾ ਹੀ ਮਤਲਬ ਸਾਰਿਆਂ ਦਾ ਹੀ ਜੋਰ ਹੁੰਦਾ ਯਾਰ। ਬਿਲਕੁਲ, ਛੋਟੇ ਛੋਟੇ ਵਰਕਰ ਦਾ ਵੀ ਜੋਰ ਆ, ਠੀਕ ਆ, ਤੇ ਰਾਜਾ ਵੜਿੰਗ ਜੀ ਨੇ ਵੀ ਬਹੁਤ ਜ਼ੋਰ ਲਾਇਆ, ਅੰਮ੍ਰਿਤਾ ਵੜਿੰਗ ਜੀ ਨੇ ਵੀ ਡੋਰ ਟੂ ਡੋਰ ਕੰਪੇਨ, ਕਿਤੇ ਜਾਣਾ ਠੀਕ ਆ, ਦੋ ਦਿਨ ਕਹਿ ਦਿਓ, ਦੋ ਦਿਨ। ਉਹਨਾਂ ਦੀ ਬੇਟੀ ਵੀ ਬਹੁਤ ਵਧੀਆ ਕਰ ਰਹੀ ਹੈ, ਵਧੀਆ, ਤਾਂ ਹੀ ਯਾਰ ਪ੍ਰਮਾਤਮਾ ਨੇ ਬਾਕੀ ਹੁਣ ਸਾਡੇ ਲੁਧਿਆਣੇ ਦਾ ਸੁਧਾਰ ਕਰ ਦਿੱਤਾ, ਉਹ ਤਾਂ ਜ਼ਰੂਰੀ ਆ, ਵੋਟਾਂ ਤਾਂ ਲੈ ਲਈਆਂ, ਕੰਮ ਵੀ ਜ਼ਰੂਰੀ, ਵੋਟਾਂ ਤਾਂ ਲੈ ਲਈਆਂ, ਮੈਂ ਆਪ ਵੋਟ ਉਹਨਾਂ ਨੂੰ ਪਾਈ ਆ, ਕਿਹਨੂੰ ਪਾਈ ਆ, ਰਾਜੇ ਨੂੰ, ਆਪਾਂ ਵਿਸਾਰ ਨੂੰ, ਤੂੰ ਕਿਹਨੂੰ ਪਾਈ ਆ, ਆਪਾਂ ਰਾਜੇ ਨੂੰ ਪਾਈ ਆ, ਰਾਜਾ ਜੀ, ਸਿਮਰਜੀਤ ਸਿੰਘ ਬੈਂਸ, ਤੂੰ ਵੀ ਫਨੈਂਸ, ਸਿਮਰਜੀਤ ਸਿੰਘ ਬੈਂਸ ਸਾਹਿਬ, ਜਿਵੇਂ ਨਾਲ ਹੀ ਆ ਗਏ ਉਹਨਾਂ ਦਾ, ਜਿਵੇਂ ਗੱਠਜੋੜ ਕੀਤਾ ਉਹਨਾਂ ਨੇ, ਗੱਠਜੋੜ ਕੀਤਾ ਨਹੀਂ, ਕਾਂਗਰਸ ਵਿੱਚ ਸ਼ਾਮਲ ਹੋਏ ਨੇ ਬੈਂਸ ਸਾਹਿਬ, ਤੇ ਉਹਨਾਂ ਦੇ ਕਰਕੇ ਵੀ ਉਹ ਰਾਜਾ ਵੜਿੰਗ ਜੀ ਜਿੱਤ ਹੋਈ ਆ, ਪਾਸਾ ਪਲਟ ਗਿਆ, ਗੱਲ ਹੈਗੀ ਆ, ਬੈਂਸ ਕਰਕੇ ਕਾਂਗਰਸ ਨੂੰ ਛੱਡਿਆ ਵੀ ਕਾਫੀਆਂ ਨੇ ਆ, ਬੈਂਸ ਕਰਕੇ
ਕਾਂਗਰਸ ਨੂੰ ਛੱਡਿਆ ਵੀ ਕਾਫੀ ਨੇ ਯਾਰ, ਮੇਰੀ ਗੱਲ ਸੁਣ, ਛੱਡਣ ਦਾ ਮੂਡ ਤਾਂ ਅਗਲਾ ਪਹਿਲਾਂ ਬਣ ਜਾਂਦਾ। ਮੇਰੀ ਗੱਲ ਸੁਣੋ, ਲੋਕ ਛੱਡ ਕੇ ਵੀ ਜਾਂਦੇ ਆ, ਲੋਕ ਆਈ ਵੀ ਜਾਂਦੇ ਆ, ਉਹਨਾਂ ਕ ਬਰਾਬਰ ਹੋ ਜਾਂਦਾ ਕੰਮ। ਜਿੰਨਾ ਕ ਖੂਹ ਚ ਪਾਣੀ ਕੱਢਦੇ ਉਹਨਾਂ ਪਾ ਵੀ ਦਿੰਦੇ ਆ, 10 ਕ ਜਾਣੇ ਛੱਡ ਜਾਂਦੇ ਨੇ, 10 ਕ ਜਾਣੇ ਸਾਡੇ ਕੇ ਨਵੇਂ ਭਰਤੀ ਹੋ ਜਾਂਦੇ ਨੇ। ਠੀਕ ਆ ਕਿ ਨਹੀਂ? ਉਹ ਪਾਣਾ ਇੱਕ ਪਾਇਆ ਜੀ ਇਹ ਬੀਜੇਪੀ ਜਾ ਕੇ ਇਹ 5 ਸਾਲ ਬਾਅਦ ਹੀ ਸਕਰੈਪਾਂ ਨਿਕਲ ਗਈਆਂ, ਵਧੀਆ ਬੰਦੇ ਆ ਗਏ, ਫਿਰ ਸਕਰੈਪ ਜਿਹੜੀ ਆਣੀ ਜਾਣੀ 5 ਸਾਲ ਬਾਅਦ ਹੀ ਰਿਜੈਕਸ਼ਨ ਨਿਕਲ ਗਈ, ਵਧੀਆ ਸਟਾਕ ਆ ਗਿਆ, ਫਿਰ ਰਿਜੈਕਸ਼ਨ ਮਾਸਾ ਫਿਰ ਰਿਜੈਕਟ ਹੋ ਜਾਂਦੇ ਬੰਦੇ। ਪਰ ਯਾਰ ਇਹ ਨਹੀਂ ਲੱਗਦਾ ਕਿ ਬਿੱਟੂ ਹਾਰ ਕੇ ਵੀ ਜਿੱਤ ਗਿਆ? ਹਾਰ ਕੇ ਜਿੱਤਣਾ ਹੀ ਆ ਬਾਈ, ਮੁਕੱਦਰ ਸੋਚਣ ਵਾਲੀ ਗੱਲ ਆ। ਦੱਸੀ ਤਾਂ ਮੁਕੱਦਰ, ਬਿਲਕੁਲ 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 ਮੁਕੱਦਰ ਬਹੁਤ ਤੇਜ਼ ਨੇ। ਦੇਖੋ ਉਹ 3 ਵਾਰ MP ਰਹੇ ਨੇ, ਓਕੇ, ਸਰਦਾਰ ਰਵਨੀਤ ਸਿੰਘ ਜੀ, ਬਿੱਟੂ ਜੀ, 3 ਵਾਰ MP ਬਣਨ ਤੋਂ ਬਾਅਦ ਵੀ ਉਹਨਾਂ ਨੂੰ ਮੋਦੀ ਜੀ ਨੇ ਕੈਬਨਿਟ ਦੇ ਵਿੱਚ ਰੈਂਕ ਦੇ ਦਿੱਤਾ। ਉਹ ਵੀ ਰੈਂਕ ਵੀ ਉੱਚਾ ਬਾਈ, ਰੈਂਕ ਵੀ ਉੱਚਾ, ਉੱਚਾ ਕੈਬਨਿਟ ਮੰਤਰੀ, ਯੂਨੀਅਨ ਕਾਉਂਸਲਰ, ਯੂਨੀਅਨ ਕਾਉਂਸਲਰ, MP ਦੇ ਬਰਾਬਰ ਹੀ ਆ ਕੰਮ। ਬਿਲਕੁਲ ਬਿਲਕੁਲ, MP ਤੋਂ ਉੱਤੇ ਦਾ ਕੰਮ ਆ ਯਾਰ, ਸਿੱਧਾ ਹੁਣ PM ਨਾਲ ਗੱਲਾਂ ਹੋਣੀਆਂ ਨੇ। ਪਰ ਠੀਕ ਆ, ਸ਼ਾਹ ਜੀ ਯਾਰੀ ਪਕਾ ਗਏ, ਕਹਿ ਕੇ ਗਏ ਸੀ ਉਹਨਾਂ ਨੇ ਤੁਸੀਂ ਬਿੱਟੂ ਨੂੰ ਵੋਟ ਪਾਓ, ਬਿੱਟੂ ਨੂੰ ਵੱਡਾ ਬੰਦਾ ਮੈਂ ਬਣਾਉਂਗਾ। ਚਲੋ ਇਹ ਤਾਂ ਇੱਕ ਪੋਲਿਟਿਕਸ ਦੀ ਗੱਲ ਵੱਖਰੀ ਰਹੀ ਹਨਾ, ਚਲੋ ਹਾਲ ਜਿੱਤ ਗਿਆ, ਪਰ ਜੇ ਹੁਣ ਮਤਲਬ ਕਾਂਗਰਸ ਪਾਰਟੀ ਇੱਥੇ ਕੰਮ ਕਰੂਗੀ ਤਾਂ ਹੀ ਸਵਾਲ ਆ, ਤਾਂ ਫਿਰ ਅਗਲੀ ਵਾਰ ਮੈਨੂੰ ਲੱਗਦਾ ਵੀ ਰਾਜਾ ਵੜਿੰਗ ਨੂੰ ਵੋਟਾਂ ਮੰਗਣ ਦੀ ਵੀ ਲੋੜ ਨਹੀਂ ਪੈਣੀ। ਬਿਲਕੁਲ, ਇਸ ਵਾਰੀ ਵੈਸੇ ਜਿੱਤੇ ਬਹੁਤ ਘੱਟ ਗਏ, ਕਿਉਂਕਿ ਰਾਜਾ ਵੜਿੰਗ ਨੇ ਜੋਤ ਬਹੁਤ ਲਾਇਆ, ਜੋਤ ਬਹੁਤ ਲਾਇਆ, ਵਧੀਆ ਉਹਦੇ ਜੋਤ ਨੂੰ ਸ਼ਲਾਘਾ ਵੀ ਆ, ਮਤਲਬ ਮਿਹਨਤ ਵੀ ਆ, ਇੰਨੀ ਸਵੇਰੇ ਉੱਠਣਾ, ਰਾਤੀ 12 ਵਜੇ ਤੱਕ ਮੀਟਿੰਗਾਂ ਕਰਨੀਆਂ, ਫਿਰ ਅਗਲੇ ਦਿਨ ਸਵੇਰੇ ਉੱਠਣਾ, ਆਪਣਾ ਹੈਗਾ ਇੱਕ ਦਿਨ ਮਿਹਨਤ ਕਰ, ਦੂਜੇ ਬਾਅਦ ਯਾਰ ਬੰਦਾ ਗਿੱਦੜ ਬਾਏ ਤੋਂ ਆਇਆ ਸਪੋਰਟ ਕਰਨ ਲਈ, ਕਿੰਨੀ ਵੱਡੀ ਗੱਲ ਆ। ਸਹੀ ਆ, ਮਤਲਬ ਠੀਕ ਲੱਗਿਆ ਬੰਦਾ, ਜਿਵੇਂ ਕਈ ਕਹਿ ਦਿੰਦੇ ਵੀ ਥੋੜਾ ਹੰਕਾਰੀ ਆ ਵਾ, ਉੱਚ ਕੇ ਬੋਲਦਾ ਬਈ, ਲੀਡਰ ਤਾਂ ਇਹ ਪਸੰਦ ਯਾਰ, ਹੁਣ ਤਾਂ 100-36 ਗੱਲਾਂ ਹੋਣੀਆਂ ਨੇ, ਮਾੜਾ ਮੋਟਾ ਤਾਂ ਹੁੰਦਾ ਹੀ ਆ, ਪਰ ਲੀਡਰਸ਼ਿਪ ਕੁਆਲਿਟੀ ਉਹ ਬੰਦੇ 'ਚ ਹੈ, ਕੰਮ ਕਰਵਾਉਣ ਦੀ ਪਾਵਰ ਉਹ ਬੰਦੇ 'ਚ ਹੈ, ਮਤਲਬ ਲੁਧਿਆਣੇ ਦੀ ਤੂੰ ਤਰੱਕੀ ਲੈ ਕੇ ਜਾਣ ਦੇ ਚਾਂਸ ਹੈ, ਹੁਣ ਕਦੇ ਨਾ ਕਦੇ ਤਾਂ ਅਗਲੇ ਦੇ ਵਕਤ ਬਤਾਏਗਾ। ਸਾਡਾ ਤਾਂ ਹੱਥ ਜੋੜ ਕੇ ਬੇਨਤੀ ਹੈ ਰਾਜਾ ਵੜਿੰਗ ਸਾਹਿਬ ਨੂੰ, ਤੂੰ ਵੀ ਹੱਥ ਜੋੜੋ, ਚੰਗੀ ਤਰ੍ਹਾਂ ਜੋੜ, ਮਹਾਰਾਜ ਜੋੜਨਾ, ਕੰਮ ਨਹੀਂ ਕਰਦਾ। 5 ਸਾਲ ਲਈ ਤੁਹਾਨੂੰ ਅਸੀਂ MP ਚੁਣਿਆ ਹੈ, ਅਸੀਂ ਦੋਵਾਂ ਨੇ, ਅਸੀਂ ਦੋਵਾਂ ਨੇ ਤਾਂ ਵੋਟ ਪਾਈ ਆ ਬਾਈ, ਤੁਹਾਨੂੰ ਪੱਕੀਆਂ ਪਾਈਆਂ ਨੇ, 7 ਵੋਟਾਂ ਮੈਂ ਕਹਿ ਕੇ ਪਾਈਆਂ ਨੇ ਆਪਣੇ ਬੰਦੇ ਨੂੰ, 7 ਵੋਟਾਂ ਇਧਰੋਂ ਮੈਂ ਬਹੁਤ 70 ਕ ਮੈਂ ਪਵਾਤੀਆਂ ਨੇ, 70 ਕ ਤੋਂ ਬਾਅਦ ਝੂਠ ਝੂਠ, ਮੈਂ ਆਪਣੀ ਵੋਟ ਪਾਈ ਆ ਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਮੈਂ ਤੁਹਾਨੂੰ ਪੂਰਾ ਸਪੋਰਟ ਕੀਤਾ ਹੈ ਇਸ ਇਲੈਕਸ਼ਨਾਂ ਦੇ ਵਿੱਚ, ਸੋ ਪਲੀਜ਼ ਤੁਸੀਂ ਸਾਡੇ ਕੰਮ ਆਇਓ, 5 ਸਾਲ ਇੱਥੇ ਪੂਰਾ ਲੁਧਿਆਣੇ ਨੂੰ ਨਜ਼ਾਰੇ ਬੰਨਦੇ ਹੋ, ਇੱਥੇ ਸੜਕਾਂ ਦੇ ਪੂਰਾ ਐ ਸੀਵਰੇਜ, ਯੇ ਵੋ ਲੱਲੇ ਪੱਬੇ, ਜਿਹੜੇ ਕੰਮ ਰਹਿੰਦੇ ਨੇ ਗੰਦੇ ਨਾਲੇ ਦਾ ਸਭ ਤੋਂ ਪਹਿਲਾਂ ਕੰਮ ਕਰਨਾ ਜੀ ਆਪਾਂ, ਉਹਦਾ ਕੰਮ ਸਭ ਤੋਂ ਪਹਿਲਾਂ ਠੋਕ ਕੇ ਕਰਾ ਦਿਓ ਵੀ ਉਹ ਦਰਿਆ ਬਣਾ ਦਿਓ ਦੁਬਾਰਾ, ਬਸ ਬਾਕੀ ਅਸੀਂ ਇੰਨੇ ਤਕੜੇ ਦਾ ਕੋਈ ਲੀਡਰ ਲੂਡਰ ਹੈ ਨਹੀਂ, ਤੇ ਉਮੀਦ ਤਾਂ ਮੈਨੂੰ ਬਹੁਤ ਜ਼ਿਆਦਾ ਵਾ, ਉਮੀਦ ਤਾਂ ਵੈਸੇ ਏਦੋਂ ਵੀ ਜ਼ਿਆਦਾ। ਆਪਾਂ ਹੁਣ ਹਨੀ ਸਿੱਟੀ ਦੇ ਟੌਪਿਕ ਤੇ ਗੱਲ ਕਰ ਲਈ ਥੋੜੀ ਬਹੁਤ, ਬਿਲਕੁਲ ਕਰ ਲਓ, ਕੋਈ ਚੱਕਰ ਨਹੀਂ, ਯੂਥ ਹੀ ਆ ਤੁਹਾਡੇ, ਉਹਨੂੰ ਲੈ ਕੇ ਐਜ਼ ਆ ਪਰਸਨ ਤੁਹਾਨੂੰ ਕਿਵੇਂ ਦਾ ਲੱਗਦਾ ਹਨੀ ਸਿੱਟੀ ਬਾਰੇ, ਤੁਹਾਡੀ ਕੀ ਡੈਫੀਨੇਸ਼ਨ? ਹਨੀ ਸਿੱਟੀ ਬੰਦਾ ਬਹੁਤ ਵਧੀਆ ਬਾਈ, ਤੂੰ ਵੀ ਫਨੈਕ, ਸੋਸ਼ਲ ਮੀਡੀਆ ਨੇ ਤਾਂ ਗੱਲ ਚੱਕ ਹੀ ਲੈਣੀ ਆ, ਬਿਲਕੁਲ,
ਸ਼ੌਂਕ ਆ ਹਫਤਾ ਹੋ ਗਿਆ ਟਾਈਮ ਮੰਗਦੇ ਨੂੰ, ਅੱਜ ਬਹਿ ਜਾਓ ਕੱਲ ਬਹਿ ਜਾਓ, ਕਦੇ ਫੈਕਟਰੀ ਕੰਮ ਨੀ ਹੁੰਦਾ, ਕਦੇ ਟਰਾਂਸਪੋਰਟ ਤੇ ਮਾਲ ਹੋ ਗਿਆ, ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ, ਕਦੇ ਕੋਈ ਮਸ਼ੀਨ ਖਰਾਬ ਹੋ ਗਈ, ਕਦੇ ਕੁਛ ਹੋ ਗਿਆ, ਕਦੇ ਸਿੱਠੀ ਹੈ ਨੀ, ਕੋਈ ਨਾ ਕੋਈ ਪੰਗੇ ਪਏ ਦਿੰਦੇ ਆ, ਬਿਲਕੁਲ ਬਿਲਕੁਲ। ਤਾਂ ਉਸ ਚੀਜ਼ ਦੇ ਵਿੱਚ ਸਨੀ ਸਿੱਠੀ ਸਹੀ ਆ, ਕੁਆਲਿਟੀ ਵਧੀਆ, ਮੈਂ ਇੱਕ ਵਾਰ ਸ਼ੂ ਲੈ ਕੇ ਆਇਆ ਉਦੋਂ, ਕੁਆਲਿਟੀ ਬਹੁਤ ਵਧੀਆ, ਬੰਦੇ ਦੀ ਗੱਲ ਕਰ ਰਹੇ ਉਹਦੀ, ਕੰਮ ਦੀ ਗੱਲ, ਬੰਦੇ ਦੀ ਗੱਲ ਛੱਡ ਦੇ ਸਾਈਡ ਤੇ ਕਰ, ਬਾਈ ਬੰਦਾ ਵਧੀਆ ਹੋਊਗਾ ਤਾਂ ਪ੍ਰੋਡਕਟ ਵਧੀਆ ਵੇਚੂਗਾ। ਇਹ ਵੀ ਕੋਈ ਸ਼ੋਰਟੀ ਨਹੀਂ ਹੈਗੀ, ਕਿਉਂ ਨਹੀਂ ਸ਼ੋਰਟੀ ਹੈਗੀ, ਹੈਗੀ ਹੈ, ਮੈਂ ਮੰਨਦਾ ਸ਼ੋਰਟੀ ਹੈ, ਨਹੀਂ ਨਹੀਂ ਨਹੀਂ, ਬੰਦਾ ਵਧੀਆ ਵਾ ਪ੍ਰੋਡਕਟ ਵਧੀਆ ਵੇਚੂਗਾ, ਛੋਟੇ ਹੁੰਦੇ ਦਾ ਜਿਹੜਾ ਕਾਂਡ ਤੂੰ ਦੱਸ ਸਕੂਲੋਂ ਕੱਢਿਆ ਸੀ ਤੈਨੂੰ, ਯਾਰ ਛੋਟੇ ਸਕੂਲ ਜਿਹੜਾ ਤੂੰ ਮੁਹੱਲੇ ਵਾਲੇ ਸਕੂਲ ਚ ਪੜ੍ਹਦਾ ਸੀ, ਉਹ ਨਹੀਂ ਯਾਦ ਹੀ ਮੱਲੇ ਸਕੂਲ, ਤਾਂ ਕਰ ਫੀਸ ਨਹੀਂ ਨਾ ਭਰੀ ਸੀ ਡੈਡੀ ਨੇ, ਹਾਂ ਤੋੜ ਦਿੰਦੇ ਉਹਨਾਂ ਨੇ ਸਾਰੇ ਮੱਲੇ, ਉਹਨਾਂ ਨੇ ਪਾਸ ਨਹੀਂ ਕੀਤੀ, ਉਹ ਨਹੀਂ ਲਿਖਦੇ ਹੁੰਦੇ ਆ, ਫੀਸ ਨਹੀਂ ਭਰੋਗੇ ਅਗਲੇ ਨੇ ਤੋੜ ਦੇਣਾ ਬੱਚੇ, ਉਹਨਾਂ ਨੇ ਫੀਸ ਦਿਓ, ਜਾਓ ਘਰੇ ਜਾ ਕੇ ਖੇਡੋ, ਪਲੱਸ 1 ਵਾਲੀ ਦੱਸ ਦੇ ਉਹ ਜਿਹੜਾ ਤੇਰਾ ਚੱਕਰ, ਪਲੱਸ 1 ਵਾਲੀ ਕਿਹੜੀ, ਜਿਹੜਾ ਤੂੰ ਫੇਲ ਹੋਇਆ ਸੀ ਯਾਰ, ਅੱਛਾ ਅੱਛਾ ਅੱਛਾ, ਕੀ ਚੱਕਰ ਹੋ ਗਿਆ ਜੇ ਸਕੂਲ, ਕਿੱਥੋਂ ਸਟਾਰਟ ਕਰਾਂ, ਜਿੱਥੋਂ ਸਟਾਰਟ ਹੋਈ ਸੀ, ਸਟਾਰਟ ਤਾਂ ਫੇਲ ਤੋਂ ਹੀ ਹੋਈ ਸੀ, ਯਾਰ ਪਲੱਸ 1 ਦੇ ਵਿੱਚ ਕੀ ਸੀਗਾ, ਮਤਲਬ ਆਪਣਾ ਕੀ ਕਹਿੰਦੇ, ਪਹਿਲਾਂ ਤਾਂ ਸਟੱਡੀ ਸਹੀ ਚੱਲਦੀ ਪਈ ਸੀਗੀ, ਠੀਕ ਆ, ਆਫਟਰ 10th ਅਸੀਂ ਪਲੱਸ 1 ਚੂਜ਼ ਕਰ ਲਈ, ਮੇਰੇ ਮੈਨੂੰ ਘਰ ਦੇ ਕਹਿੰਦੇ ਆਰਟਸ ਲੈ ਲਾ, ਉਹ ਤਾਂ ਪਲੱਸ 1 ਨਹੀਂ ਚੂਜ਼ ਕੀਤੀ, ਆਰਟਸ ਚੂਜ਼ ਕਰਨੀ ਸੀ ਤੂੰ, ਪਲੱਸ 1 ਜਾ ਕੇ ਤੱਕ ਜਾਣਾ ਹੀ ਚਾਹੀਦਾ, ਪਲੱਸ 1 ਦੇ ਵਿੱਚ ਬੜੇ, ਅੱਛਾ, ਤੇ ਜਿਸ ਹਿਸਾਬ ਨਾਲ ਮੇਰੇ 10th ਦੇ ਮਾਰਕਸ ਸੀ, ਸਾਨੂੰ ਮੈਡਮ ਕਹਿੰਦੀ ਵੀ ਤੁਸੀਂ ਆਰਟਸ ਲੈ ਲਓ, ਕਮਾਲ ਦਾ ਪੰਗਾ, ਮੈਨੂੰ ਤਾਂ ਹੁਣ ਮੈਂ ਨੋਨ ਮੈਡੀਕਲ ਲੈਣ ਨੂੰ ਤਿਆਰ ਸੀ, 10th ਦੇ ਵਿੱਚ 50% ਨੰਬਰ, ਨੋਨ ਮੈਡੀਕਲ ਲੈਣ ਨੂੰ ਤਿਆਰ, ਪ੍ਰਿੰਸੀਪਲ ਕਹਿੰਦੇ ਬੰਦਿਆਂ ਕੋ ਕਹਿੰਦੀ ਪਲੱਸ 1 ਦੇ ਵਿੱਚ ਆਰਟਸ ਲੈ ਲਾ ਜੇ ਪਾਸ ਹੋਣਾ, ਨਹੀਂ ਤਾਂ ਨਹੀਂ, ਆਰਟਸ ਤੋਂ ਜੇ ਕੋਈ ਥੱਲੇ ਡਿਗਰੀ ਹੁੰਦੀ ਨਾ ਉਹ ਲੈਣੀ ਚਾਹੀਦੀ, ਉਹ ਲੈਣੀ ਚਾਹੀਦੀ ਸੀ, ਸਹੀ ਗੱਲ, ਸਾਲੇ ਉਹ 50% ਮਾਰਕਸ ਲੈ ਕੇ ਤੁਸੀਂ ਕੀ ਕਹਿੰਦੇ ਨੋਨ ਮੈਡੀਕਲ, ਕੰਫੀਡੈਂਸ ਸਾਡਾ, ਕੰਫੀਡੈਂਸ ਆ ਯਾਰ, ਜੇ ਅਸੀਂ 1000 ਮੂੰਹ ਦੇ 1000 ਬੰਦੇ ਮੂੰਹ ਦੇ ਬਹਿ ਕੇ ਭੰਗੜਾ ਪਾ ਸਕਦੇ ਹਾਂ, ਤਾਂ ਅਸੀਂ 50% ਲੈ ਕੇ ਅਸੀਂ ਭੰਗੜਾ ਹੀ ਪਾ ਲਓ ਫਿਰ, ਤੁਸੀਂ 1000 ਬੰਦੇ ਮੂਹਰੇ ਭੰਗੜਾ ਹੀ ਪਾ ਲਓ ਸਰ, ਪੜ੍ਹਾਈ ਛੱਡ ਦਿਓ, ਪੜ੍ਹਾਈ ਛੱਡ ਦਿਓ, ਭੰਗੜਾ ਪਾਓ, ਪੜ੍ਹਾਈ ਨਹੀਂ ਤਾਂ ਛੱਡ ਹੋਣੀ ਛੋਟੇ ਵੀਰ, ਤੇ ਪਲੱਸ 1 ਦੇ ਵਿੱਚ ਕੀ ਹੋਇਆ, ਪਲੱਸ 1 ਦੇ ਵਿੱਚ ਅਸੀਂ ਐਂਟਰ ਕੀਤੇ, ਚਲੋ ਮੈਂ ਲੈ ਲਈ ਕਮਰਸ, ਉਹ ਕਮਰਸ ਸੀਗੀ ਮੇਰੇ ਲੈਵਲ ਤੋਂ ਬਾਅਦ ਦੀ, ਮੇਰੇ ਲੈਵਲ 'ਚ ਸੀਗੀ ਨਹੀਂ ਕਮਰਸ, ਚਲੋ ਮੈਂ ਫਿਰ ਵੀ ਪੰਗਾ ਲੈ ਲਿਆ ਘਰ ਦੇ, ਕਹਿੰਦੇ ਆਪ ਗਾਹਾਂ ਜਾ ਕੇ ਆਪਾਂ ਬਿਜ਼ਨਸ ਕਰਨਾ, ਵੀ ਗਾਹਾਂ ਜਾ ਕੇ ਆਪਾਂ ਬਿਜ਼ਨਸ ਕਰਨਾ, ਬੀਬੀ ਕਦੋਂ ਇਹ ਕਦੋਂ ਵੋ ਕਦੋਂ, ਕਮਰਸ ਲੈ ਲਓ, ਚਲੋ ਕਮਰਸ ਲੈ ਲਈ, ਦੇਖੋ
ਮੇਰਾ ਬਹੁਤ ਪਿਆਰਾ ਸੱਜਣ, ਬਹੁਤ ਪਿਆਰਾ ਸੱਜਣ ਆ ਬੈਠਾ ਕੈਮਰੇ ਦੇ ਨਾਲ ਹੀ ਮੂਹਰੇ, ਆ ਸਹਿਬੀ ਸਿੰਘ, ਇਹਨੇ ਟੀਚਰ ਦੇ ਨਾਲ ਲੈ ਲਿਆ ਕੋਈ ਮਤਲਬ ਪੰਗਾ, ਆਪ ਆਪ ਤਾਂ ਹਟ ਕੇ ਚਲਾ ਗਿਆ ਸਕੂਲੋਂ, ਮੇਰੀ ਬਸਾਤੀ ਕਰਾ ਰਹੀ ਟੀਚਰ ਨਾਲ, ਕਿਉਂਕਿ ਅਸੀਂ ਦੋਵੇਂ ਸਕੂਲ 'ਚ ਸੀਗੇ ਬੈਸਟ ਫਰੈਂਡ ਮੈਂ ਤੇ ਸਹਿਬੀ, ਇਹਨੇ ਟੀਚਰ ਨਾਲ ਕੋਈ ਮਤਲਬ ਉਹ ਏਦਾਂ ਕਹਿ ਲਾ ਗਰਾਦੀ ਵਸਾ ਲਈ, ਆਪ ਹਟ ਕੇ ਚਲਾ ਗਿਆ, ਟੀਚਰ ਨੇ ਇਹਦੀ ਖੁੰਦਕ ਮੇਰੇ ਨਾਲ ਕੱਢ ਲਈ। ਅੱਛਾ ਹਾਂ, ਅਤੇ ਪਲੱਸ ਵਨ ਦੇ ਵਿੱਚ ਸਾਡੇ ਜਦੋਂ ਫਾਈਨਲ ਐਗਜ਼ਾਮ ਸੀਗੇ, ਫਾਈਨਲ ਐਗਜ਼ਾਮ ਦੇ ਵਿੱਚ ਮੈਂ ਐਗਜ਼ਾਮ ਦੇਣ ਚੱਲਿਆ, ਮੇਰੇ ਬਿਲਕੁਲ ਬੈਕ ਐਂਡ 'ਤੇ ਜਿਹੜੀ ਕੁੜੀ ਬਹਿੰਦੀ ਸੀਗੀ, ਅਤੇ ਹੁਣ ਮੈਂ ਜਦੋਂ ਮੈਂ ਪਲੱਸ ਵਨ ਦੇ ਵਿੱਚ ਮੈਂ ਪੜ੍ਹਿਆ ਹੀ ਨਹੀਂ, ਲਿਖਿਆ ਹੀ ਨਹੀਂ, ਕੁਛ ਕੀਤਾ ਹੀ ਨਹੀਂ, ਮੈਂ ਜੋ ਪੇਪਰ ਕੀਤਾ ਦੋ ਸਬਜੈਕਟ ਅਕਾਊਂਟਸ ਅਕਾਊਂਟਸ ਅਤੇ ਈਕੋ, ਇਹਦੇ ਵਿੱਚ ਤਾਂ ਜਮ੍ਹਾਂ ਹੀ ਮੇਰਾ ਪੱਤਾ ਕੱਟ ਸੀ ਵੀ ਨਾ ਇਕਨੋਮਿਕਸ ਆਵੇ ਨਾ ਅਕਾਊਂਟਸ ਆਵੇ, ਅਕਾਊਂਟਸ ਅਤੇ ਇਕਨੋਮਿਕਸ ਦਾ ਪੇਪਰ ਮੈਂ ਪਲੱਸ ਵਨ ਦੇ ਵਿੱਚ ਪਿੱਛੇ ਮੇਰੀ ਕੁੜੀ ਬੈਠੀ ਸੀ, ਅਤੇ ਨਾ ਉਹਨੂੰ ਦੱਸਣਾ, ਨਾ ਤਾਂ ਸਕੂਲ ਦਾ ਵੀ ਨਹੀਂ ਦੇਣਾ, ਐਵੇਂ ਕੀ ਫਾਇਦਾ, ਜਿਹੜੇ ਮੇਰੇ ਨਾਲ ਪੜ੍ਹੇ ਆ ਉਹਨਾਂ ਨੂੰ ਪਤਾ ਹੀ ਹੋਊ, ਹੈ ਨਾ, ਮੇਰੇ ਪਿੱਛੇ ਜਿਹੜੀ ਕੁੜੀ ਬੈਠੀ ਸਕੂਲ ਤੋਂ ਇੱਥੇ ਹੀ ਪੜ੍ਹਦਾ ਸੀ, ਤੇਰੇ ਯਾਰ ਖੜ ਜਾ ਤੂੰ ਐ ਹਿਲਾਲਾ ਵਿੱਚ ਗਲਾਸੀ, ਉਹੀ ਨਾਮ ਆ ਦੁਗਰੀ ਕੋਲ ਸਕੂਲ ਹੈ ਜੀ, ਲੱਭ ਲਿਓ, ਉਹੀ ਤੇ ਖੜ ਜਾ ਚੌਂਕ ਤੋਂ, ਚੌਂਕ ਤੋਂ ਲੈਫਟ ਹੋ ਕੇ, ਚੌਂਕ ਤੋਂ ਚੌਂਕ ਤੋਂ ਉਹ ਕਰਦਾ ਗੱਲ ਤਾਂ ਕੰਟੀਨਿਊ ਕਰਦਾ ਹੁੰਦਾ ਯਾਰ, ਲੈਟਾ ਟੱਪਦੇ ਸਰ ਚੌਂਕ ਤੋਂ ਲੈਫਟ, ਤੇ ਸਾਲਾ ਮੈਨੂੰ ਬੁਲਾਤਾ, ਮੈਂ ਕਿੱਥੇ ਸੀ, ਹਾਂ ਕਿੱਥੇ ਤੱਕ ਪਹੁੰਚੀ ਸੀ, ਕੁੜੀ ਬੈਠੀ ਸੀ, ਹਾਂ ਮੇਰੇ ਬੈਕ ਐਂਡ ਤੇ ਕੁੜੀ ਬੈਠੀ ਸੀ, ਮੈਂ ਅਕਾਊਂਟਸ ਦਾ ਇਕਨੋਮਿਕਸ ਦਾ ਉਹ ਤੋਂ ਪੇਪਰ ਦੇ ਕੇ ਕੀਤਾ ਸਾਰਾ, ਕਿਉਂਕਿ ਜਿਹੜੇ ਐਗਜ਼ਾਮੀਨਰ ਸੀ ਉਹ ਵੀ ਆਪਣਾ ਵਾਕਫ ਸੀ, ਕਹਿੰਦਾ ਕੋਈ ਨਹੀਂ ਬਹੁਤ ਹੀ ਘਟੀਆ ਸਕੂਲ 'ਚ ਪੜ੍ਹਿਆ ਹੋਣਾ ਜਿੱਥੇ ਚੀਟਿੰਗਾਂ ਹੋ ਰਹੀਆਂ ਨੇ, ਗੱਲ ਤਾਂ ਸੁਣ ਮੇਰੀ, ਟੀਚਰਸ ਚੀਟਿੰਗ ਕਰਾ ਰਹੇ ਨੇ, ਤੂੰ ਉਹੀ ਤਾਂ ਗੱਲ ਸੁਣ, ਠੀਕ ਆ, ਇਹੋ ਜਿਹੇ ਟੀਚਰ ਸੁਣਗੇ ਯਾਰ, ਉਹ ਯਾਰ ਵਧੀਆ ਟੀਚਰ ਨੇ, ਮੈਂ ਤਾਂ ਕਹਿੰਦਾ ਸਾਨੂੰ ਇਹ ਟੀਚਰ ਹੋਣੇ ਚਾਹੀਦੇ ਆ, ਤੇ ਮੈਂ ਸਾਰਾ ਪੇਪਰ ਡਿਸਗਸਟਿੰਗ, ਮੈਂ ਸਾਰਾ ਪੇਪਰ ਉੱਤੇ ਦੇਖ, ਯਾਰ ਆਉਂਦਾ ਨਹੀਂ ਸੀ ਕੁਝ ਕਰਦੇ ਕੀ, ਠੀਕ ਆ, ਇਕਨੋਮਿਕਸ ਦੇ ਅਕਾਊਂਟ ਸਾਰਾ ਪੇਪਰ ਮੈਂ ਉੱਤੇ ਦੇਖ ਕੇ ਕੀਤਾ, ਚਲੋ ਮੈਂ ਪੇਪਰ ਦੇ ਕੇ ਆਪਣਾ ਘਰੇ ਚਲਾ ਗਿਆ, ਜਿੱਦਣ ਪੀ ਟੀ ਐਮ ਸੀਗੀ ਉੱਦਣ ਮੈਂ ਸਕੂਲ 'ਚ ਐਂਟਰ ਕੀਤਾ, ਅਤੇ ਜਿਹੜੀ ਕੁੜੀ ਮੈਂ ਪਿੱਛੇ ਬੈਠੀ ਸੀ ਉਹ ਸਕੂਲ 'ਚੋਂ ਬਾਹਰ ਨਿਕਲਦੀ ਹੋਈ ਸੀ, ਉਹਨੂੰ ਮੈਂ ਦੇਖਿਆ, ਮੇਰੇ ਮੂਹਰੇ ਮੇਰੇ ਮੱਥੇ 'ਤੇ ਤਿਉੜੀਆਂ ਟੈਨਸ਼ਨ ਵੀ ਯਾਰ ਫਾਈਨਲ ਐਗਜ਼ਾਮ ਦੇ ਵਿੱਚ ਪਾਸ ਹੋਏ ਕਿ ਨਹੀਂ ਹੋਏ, ਜੇ ਪਲੱਸ ਪਾਸ ਕਰਨਗੇ ਤਾਂ ਅਸੀਂ ਪਲੱਸ ਟੂ ਵਿੱਚ ਐਂਟਰ ਕਰਾਂਗੇ, ਨਹੀਂ ਤਾਂ ਇਹਨਾਂ ਦੇ ਕੱਢ ਕੇ ਬਾਅਦ ਮਾਰਨਾ, ਕਿਉਂਕਿ ਆਪਣੇ ਤਾਂ ਵੈਸੇ ਹੀ ਮਸ਼ਹੂਰ ਸੀਗਾ ਵੀ ਇੱਥੋਂ ਹਟੇ ਹਰਕਿਸ਼ਨ ਵਿੱਚ ਐਂਟਰੀ, ਇੱਥੋਂ ਹਟੇ ਹਰਕਿਸ਼ਨ ਵਿੱਚ ਐਂਟਰੀ, ਸਾਡੇ ਆਹ ਹਿਸਾਬ ਸੀਗਾ, ਸਾਡੇ ਮੂਹਰੋਂ ਵੀ ਅਸੀਂ ਦੇਖਦੇ ਸੀ, ਜਦ ਅਸੀਂ ਜੂਨੀਅਰ ਸੀਗੇ ਸਾਡੇ ਸੀਨੀਅਰ ਫੇਲ ਹੋ ਕੇ ਉਦੋਂ ਜਾਈ ਜਾਂਦੇ ਸੀ, ਮੂਵ ਹੋਈ ਜਾਂਦੇ ਸੀ, ਮੈਂ ਨਹੀਂ ਯਾਰ ਆਪਾਂ ਮੂਵ ਨਹੀਂ ਹੋਣਾ, ਬੜੀ ਬੇਇੱਜ਼ਤੀ ਵਾਲਾ ਕੰਮ ਹੈ ਇਹ, ਅਤੇ ਜਿਹੜੀ ਕੁੜੀ ਬਾਹਰ ਆਉਂਦੀ ਪਈ ਸੀ ਉਹਦੇ ਫੇਸ 'ਤੇ ਮੈਂ ਦੇਖਿਆ ਉਹ ਪੂਰੀ ਖੁਸ਼, ਮੈਂ ਲੈ ਵੀ ਮੈਂ ਇਹ ਪਾਸ ਆ, ਮੈਂ ਪਾਸ ਹੀ ਪਾਸ ਆ, ਕਿਉਂਕਿ ਆਪਾਂ ਦਾ ਪੇਪਰ ਕਿੱਦਾਂ ਸੇਮ ਟੂ ਸੇਮ ਡਿੱਟੋ, ਅਤੇ ਉਹ ਬਾਹਰ ਆਏ, ਉਹ ਮੇਰੇ ਪੇਰੈਂਟਸ ਨੂੰ ਮਿਲੇ, ਮੈਂ ਉਹਦੇ ਪੇਰੈਂਟਸ ਨੂੰ ਮਿਲਿਆ, ਗੱਲਬਾਤ ਕੀਤੀ, ਹਾਂਜੀ ਤੁਹਾਡੀ ਕੁੜੀ ਪਾਸ ਹੋ ਗਈ, ਬਹੁਤ ਬਹੁਤ ਵਧਾਈਆਂ ਜੀ, ਤੁਹਾਡਾ ਮੁੰਡਾ ਕਹਿੰਦੇ ਇਸਦਾ ਰਿਜ਼ਲਟ ਲੈਣ ਚੱਲਿਆ ਜੀ, ਇਹ ਮੈਂ ਚੌੜਾ ਹੋ ਗਿਆ, ਮੈਂ ਕਿਹਾ ਇਹ ਪਾਸ ਆ, ਮੈਂ ਪਾਸ ਹੀ ਪਾਸ ਆ, ਉਹਨੇ ਉਹ ਮੈਨੂੰ ਕਹਿੰਦੀ ਵੀ ਮੇਰੇ 85% ਆਇਆ, ਮੈਂ ਮੇਰੇ 40 ਬਹੁਤ ਨੇ ਯਾਰ, ਵੱਟ ਤੇ ਵਜੇ ਹੈ ਨਾ, ਜੇ ਉਹਦੇ 85 ਆ ਮੇਰੇ 40 ਤਾਂ ਹੋਣਗੇ ਹੀ, ਅਤੇ ਮੈਂ ਕਲਾਸ ਰੂਮ 'ਚ ਅੰਡਰ ਪੜਿਆ, ਪਹਿਲਾਂ ਤਾਂ 7-8 ਮਿੰਟ ਸਾਹਿਬ ਮੈਡਮ ਨੇ ਸਾਈਡ 'ਤੇ ਬਿਠਾਈ ਰੱਖਿਆ ਸਾਨੂੰ, ਬੈਠੋ ਵੀ ਹਲੇ ਥੋੜ੍ਹੀ ਵਾਧੀ ਆਈ, ਜਦੋਂ ਵਾਧੀ ਆਈ ਅਕਾਊਂਟਸ ਦੇ ਵਿੱਚੋਂ ਨੰਬਰ ਮੇਰੇ 22, ਇਕਨੋਮਿਕਸ ਦੇ ਵਿੱਚੋਂ ਮੇਰੇ 17, ਮੈਨੂੰ ਤਾਂ ਦੇਖ ਕੇ ਮੈਂ ਤਾਂ ਲੈ ਗਿਆ ਹੋਰ ਪੌਰ, ਉਹ ਕਹਿੰਦੇ ਵੀ ਜਾਂ ਤਾਂ ਤੁਸੀਂ ਸਕੂਲ ਚੇਂਜ ਕਰ ਲਓ ਜਾਂ ਰੀਟੈਸਟ ਕਰ ਲਓ, ਮੈਂ ਨਾ ਸਕੂਲ ਚੇਂਜ ਕਹਿੰਦਾ ਨਾ ਮੈਂ ਰੀਟੈਸਟ ਕਰਨਾ, ਮੈਡਮ ਔਖੀ ਹੋ ਗਈ, ਕਹਿੰਦੀ ਐਸਾ ਆਪ ਕਹਿੰਦੇ ਐਸਾ ਕੈਸਾ ਬੋਲ ਸਕਦੇ ਹੋ, ਮੈਂ ਕਿਹਾ ਮੈਡਮ ਹੁਣ ਮੈਂ ਜੋ ਬੋਲੂੰਗਾ ਫਿਰ ਤੁਹਾਨੂੰ ਮੇਰੇ ਚਾਂ ਲੱਗਣੀਆਂ ਨੇ, ਮੈਨੂੰ ਬੋਲ ਲੈਣ ਦਿਓ, ਬਾਬਾ ਜਾਣੇ ਮਨ ਕੀ ਬਾਤ, ਮੈਂ ਕਿਹਾ ਤੁਸੀਂ ਫਲਾਣੇ ਰੋਲ ਨੰਬਰ ਦਾ ਆਪਣਾ ਖੋਲੋ, ਐਗਜ਼ਾਮ ਖੋਲੋ ਫਲਾਣੇ ਰੋਲ ਨੰਬਰ ਦਾ, ਠੀਕ ਆ, ਤੁਸੀਂ ਮੇਰਾ ਪੇਪਰ ਮੈਚ ਕਰੋ, ਜੇ ਇਨਕੇਸ ਸਾਡਾ ਦੋਵਾਂ ਦਾ ਪੇਪਰ ਮੈਚ ਹੋ ਗਿਆ, ਇੱਟ ਮੀਨਸ ਜਾਂ ਤਾਂ ਮੈਂ ਪਾਸ ਹਾਂ ਜਾਂ ਉਹ ਫੇਲ ਆ, ਬਿਲਕੁਲ ਨੈਚੁਰਲੀ ਗੱਲ, ਪੇਪਰ ਐਗਜ਼ਾਮ ਇੱਕ ਆ, ਮੈਂ ਕਿਹਾ ਜੇ ਮੇਰੀ ਲਾਈਨ ਟੂ ਲਾਈਨ ਸੇਮ ਨਾ ਹੋਈ ਤੁਹਾਨੂੰ ਕੁਛ ਕਹਿਣ ਦੀ ਲੋੜ ਨਹੀਂ ਪੈਣੀ, ਮੈਂ ਆਟੋਮੈਟਿਕਲੀ ਮੂਵ ਹੋ ਜੂੰਗਾ, ਮੈਂ ਕਿਸੇ ਨੂੰ ਕੁਛ ਨਹੀਂ ਕਹੂੰਗਾ, ਅਤੇ ਟੀਚਰ ਨੇ ਮੇਰੀ ਗੱਲ ਮੰਨੀ ਨਹੀਂ, ਕਹਿੰਦਾ ਨਹੀਂ ਤੁਹਾਨੂੰ ਰੀਟਾ ਦੇਣਾ ਪੈਣਾ, ਮੈਂ ਐਗਜ਼ਾਮਸ ਚੱਕੇ ਆਪਣੇ ਦੋਵੇਂ, ਮੈਂ ਪ੍ਰਿੰਸੀਪਲ ਦਾ ਆਫਿਸ ਚਲਾ ਗਿਆ, ਮੈਂ ਕਿਹਾ ਮੈਮ ਵੀ ਆਹ ਮੇਰਾ ਐਗਜ਼ਾਮ ਆ, ਆ ਤੁਸੀਂ ਇੱਕ ਵਾਰ ਰੀਚੈੱਕ ਕਰ ਲਓ, ਪੇਪਰ ਛੱਡੋ,
ਜਦੋਂ ਮੈਂ ਚੀਟਿੰਗ ਕੀਤੀ ਆ ਉਹਨੂੰ ਮੈਂ ਦੱਸਿਆ ਨਹੀਂ ਮੈਂ ਚੀਟਿੰਗ ਕੀਤੀ ਆ ਪਹਿਲਾਂ, ਮੈਂ ਕਿਹਾ ਮਾੜਾ ਐਗਜ਼ਾਮ ਚੈੱਕ ਕਰੋ ਮੈਂ ਫੇਲ ਹੋ ਨਹੀਂ ਸਕਦਾ, ਉਹ ਕਹਿੰਦੀ ਆ ਤੂੰ ਤਾਂ ਫੇਲ ਹੋ ਸਕਦਾ ਵਾ, ਸਾਨੂੰ ਪਤਾ ਵਾ ਤੂੰ ਫੇਲ ਹੋ ਸਕਦਾ ਕਿ ਤੂੰ ਪੜ੍ਹਦਾ ਪੜ੍ਹਦਾ ਤੂੰ ਹੈ ਨਹੀਂ, ਤੂੰ ਇੰਨਾ ਸ਼ੋਰ ਕਿੱਦਾਂ ਵਾ, ਮੈਂ ਕਿਹਾ ਮੈਡਮ ਤੂੰ ਇਹ ਗੱਲ ਛੱਡੋ ਤੁਸੀਂ ਪੇਪਰ ਚੈੱਕ ਕਰੋ, ਨਹੀਂ ਕਹਿੰਦੀ ਪਹਿਲਾਂ ਮੈਨੂੰ ਸ਼ੋਰਟੀ ਦੱਸ ਤੂੰ ਇੰਨਾ ਸ਼ੋਰ ਕਿਉਂ ਦਾ, ਮੈਂ ਆਪਣੀ ਮਿਹਨਤ ਕਰਨੀ ਆ, ਮੈਂ ਆਪਣਾ ਮਤਲਬ ਟਾਈਮ ਸਪੈਂਡ ਕਰਨਾ ਇਹ 'ਤੇ, ਮੈਂ ਇੱਦਾਂ ਟਾਈਮ ਸਪੈਂਡ ਨਹੀਂ ਕਰਨਾ, ਉਹ ਦੱਸ, ਮੈਂ ਕਿਹਾ ਮੈਡਮ ਫਲਾਨੀ ਕੁੜੀ ਆ ਇਹ ਰੋਲ ਨੰਬਰ ਆ ਉਹਦੇ ਪੇਪਰ ਤੋਂ, ਮੈਂ ਪੇਪਰ ਕਾਪੀ ਕੀਤਾ ਉਹਦੇ 85 ਆ, ਠੀਕ ਆ ਉਹਦਾ 85 ਆ, ਉਹ ਲੈ ਕੇ ਆਪਣਾ 85 ਵਾਲਾ ਐਗਜ਼ਾਮ ਆਪਣਾ ਰਿਜ਼ਲਟ ਲੈ ਕੇ ਘਰ ਨੂੰ ਚਲੀ ਗਈ, ਮੈਂ ਸੇਮ ਐਗਜ਼ਾਮ ਦੇ ਕੇ ਮੇਰੇ ਮੈਂ ਫੇਲ ਹਾਂ, ਤੂੰ ਫੇਲ ਹਾਊ ਇਟ ਕੈਨ ਬੀ ਪੋਸੀਬਲ, ਮੈਂ ਮੈਨੂੰ ਨਹੀਂ ਪਤਾ ਚੈੱਕ ਕਰਾ ਖੁੰਦਕ, ਉਹ ਜਦੋਂ ਖੁੰਦਕ ਕਹਿ ਲਾ, ਉਹ ਜਦੋਂ ਮੈਡਮ ਨੇ ਇਹ ਗੱਲ ਸੁਣੀ, ਮੈਡਮ ਕੀ ਬੱਗੇ ਦਾ ਕਹਿੰਦੇ ਐਗਜ਼ਾਮੀਨਰ ਕੌਣ ਸੀ, ਪਹਿਲਾਂ ਇਹ ਦੱਸ ਵੀ ਪੇਪਰ ਦੇ ਵਿੱਚ ਟੀਚਰ ਕਿਹੜੀ ਸੀ, ਮੈਂ ਕਿਹਾ ਇਹ ਹੁਣ ਬਾਅਦ 'ਚ, ਮੈਂ ਪਹਿਲਾਂ ਮੇਰਾ ਮੁੱਦਾ ਚੱਕੋ, ਮੈਂ ਫੇਲ, ਮੈਂ ਰੀਟੈਸਟ ਨਹੀਂ ਦੇਣਾ, ਮੈਂ ਕਿਹਾ ਸਿੱਧੀ ਜਿਹੀ ਗੱਲ ਆ, ਫੇਲ ਹੋਣਾ ਮਨਜ਼ੂਰ ਆ, ਰੀਟੈਸਟ ਮੈਂ ਨਹੀਂ ਰੀਟੈਸਟ ਦੇਣ ਆਉਣਾ, ਜੋ ਮਰਜ਼ੀ ਮੈਂ, ਮੇਰੀ ਬੇਇੱਜ਼ਤੀ ਹੋ ਜਾਣੀ ਆ, ਕਮਾਲ ਦੀ ਗੱਲ ਆ, ਮੇਰੀ ਬੇਇੱਜ਼ਤੀ ਵਾਲਾ ਕੰਮ ਅਗਲਾ ਜਿਹੜਾ ਉਹ ਦੇਖੋ ਰੀਟਾ ਦੇਣ ਆਇਆ ਹੋਇਆ, ਅਤੇ ਇੱਜ਼ਤ ਕਦੋਂ ਦੀ ਸੀ, ਵਾਕਈ ਉਹ ਇੱਜ਼ਤ ਬਹੁਤ, ਜਾ ਕੇ ਪੁੱਛੀ ਤਾਂ ਸਹੀ, ਤੈਨੂੰ ਸਭ ਪਤਾ ਸਾਲਾ ਤੂੰ ਜਾਣ ਕੇ ਬੋਲਦਾ, ਅਤੇ ਚਲੋ ਮੈਡਮ ਕੋਲ, ਪ੍ਰਿੰਸੀਪਲ ਕੋਲ ਗਿਆ ਮੈਂ, ਪ੍ਰਿੰਸੀਪਲ ਨੂੰ ਫਿਰ ਮੈਂ ਕਿਹਾ, ਪੇਰੈਂਟਸ ਨੇ ਵੀ ਥੋੜ੍ਹਾ ਪ੍ਰੈਸ਼ਰ ਕੀਤਾ ਵੀ ਚੈੱਕ ਕਰੋ, ਪ੍ਰਿੰਸੀਪਲ ਨੇ ਜਦੋਂ ਐਗਜ਼ਾਮ ਚੈੱਕ ਕੀਤਾ, ਬੇਸਿਕਲੀ ਮੇਰੇ ਨੰਬਰ ਬਣਦੇ ਸੀਗੇ 50 ਅਤੇ ਕੁੜੀ ਦੇ ਸੀਗੇ 85%, ਉਹਦੇ ਨੰਬਰ ਪਤਾ ਨਹੀਂ ਆਈ ਥਿੰਕ ਕਹਿੰਦੇ, ਪਰ ਨੋਟ ਕੀਆ ਜਾਏ ਹੈ ਨਾ, ਅਤੇ ਜਦੋਂ ਉਹਦਾ ਪੇਪਰ ਬਾਅਦ ਆਇਆ, ਅਤੇ ਉਹਦਾ ਜਦੋਂ ਉਹਦਾ ਪੇਪਰ ਚੈੱਕ ਕਰਵਾਇਆ, ਬਾਈ ਪੇਪਰ ਸੇਮ, ਕੁੜੀ ਦੇ ਵੀ ਨੰਬਰ ਥੋੜ੍ਹੇ ਐਕਸਟਰਾ ਫਾਲਤੂ ਲੱਗੇ ਹੋਏ ਸੀਗੇ, ਚਲੋ ਉਹਦੀ ਮਿਹਨਤ ਆ, ਆਪਾਂ ਐਕਸਟਰਾ ਲੱਗੇ ਹੋਏ ਸੀ, ਤੇਰੇ ਘੱਟ ਲੱਗੇ ਹੋਏ ਸੀ, ਹਾਂ ਮਤਲਬ ਪਾਸ ਹੋ ਵੀ ਸੀਗੀ, ਪਾਸ ਮੈਂ ਵੀ ਸੀਗਾ, ਜਿਵੇਂ ਮੰਨ ਲਾ ਵੀ ਅਗਲੇ ਨੇ 2 ਨੰਬਰ ਕੱਟ ਲਏ, 5 ਨੰਬਰ ਦੇ ਵਿੱਚੋਂ 3 ਨੰਬਰ ਦੇ 'ਤੇ, ਮੇਰੇ ਸਾਲਾਂ ਨੇ 5 ਦੇ 5 ਕੱਟੇ ਹੋਏ ਸੀ, ਇੱਦਾਂ ਲੈਂਗੁਏਜ ਕਿਹੜੀ ਯੂਜ਼ ਕਰ ਰਿਹਾ ਟੀਚਰ ਨੇ, ਟੀਚਰ ਨਾ ਨਹੀਂ ਕਰ ਰਿਹਾ, ਬੇਸਿਕ ਇਹ ਮੇਰੇ ਹੈਲਪਿੰਗ ਵਰਬਸ ਨੇ, ਪੰਜਾਬੀਆਂ ਦੇ ਹੁੰਦੇ ਹੀ ਆ ਜੀ, ਅਤੇ ਚਲੋ ਆਹ ਗੱਲ ਹੋ ਗਈ, ਇਹ ਗੱਲ ਹੋਣ ਤੋਂ ਬਾਅਦ ਜਦੋਂ ਮੈਂ ਮੈਡਮ ਨੇ ਆਪਣਾ ਪੇਪਰ ਚੈੱਕ ਕੀਤਾ ਸਾਰਾ ਇਹ ਕੀ ਹੋਇਆ ਜਲਦੀ ਦੱਸ ਫਟਾਫਟ, ਉਹਦੇ ਵਿੱਚ ਹੋਇਆ ਕੀ, ਜਿਹੜਾ ਟੀਚਰ ਸੀਗੀ ਜਿਹੜੀ ਪਲੱਸ 1 ਦੇ ਵਿੱਚ ਸਾਡੀ ਕਲਾਸ ਸੀ, ਉਹ ਕਹਿੰਦੀ ਸੀ ਵੀ ਤੁਸੀਂ ਮੇਰੇ ਕੋਲ ਟਿਊਸ਼ਨ ਪੜੋ, ਅੱਛਾ ਤੁਸੀਂ ਮੇਰੇ ਕੋਲ ਟਿਊਸ਼ਨ ਪੜੋਗੇ 2 ਸਬਜੈਕਟ ਦੀਆਂ, ਇਹ ਵੀ ਬਹੁਤ ਪ੍ਰੋਬਲਮ ਹੈ, ਇਹ ਬੜੀ ਮੈਂ ਬਹੁਤ ਜ਼ਿਆਦਾ ਪ੍ਰੋਬਲਮ ਹੈ, ਤੂੰ ਮੈਨੂੰ ਦੱਸ ਗੱਲ ਤਾਂ ਸੁਣ ਲੈ, ਹੱਕ ਲੈ ਇਸ ਚੀਜ਼ ਤੇ, ਮੇਰੀ ਪਹਿਲਾਂ ਗੱਲ ਸੁਣ ਲੈ, ਉਹ ਯਾਰ ਪਾਗਲ ਹੈ ਤੂੰ, ਮੈਨੂੰ ਟੀਚਰ ਕਹਿੰਦੀ ਵੀ ਮੇਰੇ ਕੋਲ ਟਿਊਸ਼ਨ ਪੜ, ਉਹ ਮੈਂ ਕਿਹਾ ਮੈਡਮ 5 ਵਜੇ ਤਾਂ ਸਕੂਲੋਂ ਵਿਹਲੇ ਹੁੰਦੇ ਆ, ਕਿਉਂਕਿ ਅਸੀਂ ਫੁੱਟਬਾਲ ਖੇਡਦੇ ਹੁੰਦੇ ਸੀਗੇ, ਬਹੁਤ ਤਕੜਾ ਪਲੇਅਰ ਹੈ, ਕੋਈ ਮੈਸੀ ਦਾ ਖਿਡਾਰ ਹੈ, ਕਿਦਾਂ ਵੀ ਟਿਊਸ਼ਨ ਦਾ ਮੰਨਦਾ, ਬਹੁਤ ਤਕੜਾ ਪਲੇਅਰ ਹੈ ਜੀ ਇਹ, ਸਾਲੇ ਦਾ ਢਿੱਡ ਦੇਖੋ, ਫੁੱਟਬਾਲ ਫੁੱਟਬਾਲ ਖੇਡਦੇ ਹੁੰਦੇ ਸੀ, ਫੁੱਟਬਾਲ ਕਿਹਦੇ ਕਦਰ ਨੇ ਲੈ ਕੇ ਨਹੀਂ ਦਿੱਤੀ, ਇਹਨੇ ਢਿੱਡ ਨਹੀਂ ਬਣਾ ਲਿਆ, ਢਿੱਡ ਵਾਲੀ, ਤੇ ਉਹ ਟੀਚਰ ਕਹਿੰਦੀ ਸੀਗੀ ਮੇਰੇ ਕੋਲ ਟਿਊਸ਼ਨ ਪੜੋ, ਅਸੀਂ ਪੜ੍ਹਦੇ ਨਹੀਂ ਸੀਗੇ, ਫਿਰ ਪਲੱਸ 2 ਦੇ ਵਿੱਚ ਫਿਰ ਇਹੀ ਮਨ ਬਣਾਇਆ ਵੀ ਟੀਚਰ ਕੋਲ ਪੜ੍ਹ ਹੀ ਲੈਂਦੇ, ਪਲੱਸ 2 ਵਿੱਚ ਪੜ੍ਹੇ ਫਿਰ ਉਹਨਾਂ ਪਾਸ ਹੋ ਗਏ, ਦੈਟਸ ਇਟ, ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ, ਇਹ ਹਰੇਕ ਸਕੂਲ ਦੇ ਵਿੱਚ ਨਾ ਇਹ ਵਾਲੀ ਬੜੀ ਪ੍ਰੋਬਲਮ ਆ ਯਾਰ, ਬਹੁਤ ਪ੍ਰੋਬਲਮ ਹੈ ਇਹ, ਜਿਹੜੇ ਤਾਂ ਬੱਚੇ ਉਹ ਮੈਡਮਾਂ ਜਿਹੜੀਆਂ ਸਕੂਲੇ ਪੜ੍ਹਾਉਂਦੀਆਂ ਉਹਨਾਂ ਕੋਲ ਟਿਊਸ਼ਨ ਪੜ੍ਹਦੇ ਆ, ਠੀਕ ਹੈ, ਉਹਨਾਂ ਦੀ ਤਾਂ ਹੁੰਦੀ ਪੂਰੀ ਅਸੈਸਮੈਂਟ, ਵਧੀਆ ਲੱਗਦੀ ਬੱਲੇ ਬੱਲੇ, ਉਹ ਮੈਡਮ ਨੂੰ ਤੂੰ ਬੋਲਣ, ਤੜਾਕ ਬੋਲਣ, ਕੁਛ ਕਰਨ, ਕਿਉਂਕਿ ਜਦੋਂ ਟਿਊਸ਼ਨ ਤੇ ਜਾਂਦਾ ਨਾ ਬੱਚਾ ਇੱਕ ਤਰ੍ਹਾਂ ਖੁੱਲ੍ਹ ਜਾਂਦਾ ਉਹਨਾਂ, ਪਤਾ ਯਾਰ ਮੈਨੂੰ ਨਾ ਕਈ ਵਾਰ ਐਂ ਲੱਗਦਾ ਹੁੰਦਾ ਟੀਚਰ ਨੂੰ ਵੀ ਸਹੀ ਆ ਕਿਤੇ ਨਾ ਕਿਤੇ, ਯਾਰ ਟੀਚਰ ਨੂੰ ਮੈਂ ਕਹਿੰਦਾ ਪੜ੍ਹਾਓ ਬੱਚਾ, ਜਿਹੜਾ ਜਿਹਨੇ ਮਤਲਬ ਸਕੂਲ ਪੜ੍ਹ ਗਿਆ ਬੱਚਾ, ਪਹਿਲਾਂ ਤਾਂ ਸਕੂਲ ਹੀ ਇੰਨਾ ਸਟਰੋਂਗ ਕਰ ਦਿਓ ਬੰਦੇ ਨੂੰ, ਪੜ੍ਹਾਓ ਇੰਨਾ ਕੁ ਮਤਲਬ ਘੈਂਟ ਕਰ ਦਿਓ ਅੱਛੀ ਵੀ ਉਹਨੂੰ ਟਿਊਸ਼ਨ ਦੀ ਜ਼ਰੂਰਤ ਨਾ ਪਵੇ, ਟੀਚਰਾਂ ਨੇ ਵੀ ਰੋਟੀ ਖਾਣੀ ਆ, ਠੀਕ ਆ ਕਿ ਨਹੀਂ, ਉਹਨਾਂ ਨੇ ਜੇ ਪੜ੍ਹਾਉਣਾ ਬੱਚਾ ਪੜ੍ਹਾਓ ਯਾਰ, ਆਪਾਂ ਕਹਿੰਦੇ ਨਾ, ਪਰ ਇਹ ਪਾਰਸ਼ੀਅਲਿਟੀ ਨਾ ਹੋਵੇ ਜਿਹੜਾ ਬੱਚਾ ਟਿਊਸ਼ਨ ਪੜ੍ਹਦਾ ਉਹਦੇ ਨਾਲ ਜਾਂ ਦੂਜੇ ਨਾਲ, ਠੀਕ ਆ ਕਿ ਨਹੀਂ, ਹੁਣ ਜਿਹੜਾ ਟਿਊਸ਼ਨ ਪੜ੍ਹਦਾ ਜੇ ਪੇਪਰਾਂ ਦੇ ਵਿੱਚ ਮਾੜਾ ਮੋਟਾ ਇੱਧਰ ਉੱਧਰ ਮੁੰਡੀ ਐਂ ਕਰਕੇ ਦੇਖ ਵੀ ਲੈਂਦਾ, ਠੀਕ ਆ ਕਿ ਨਹੀਂ, ਉਹਨੂੰ ਤਾਂ ਟੀਚਰ ਨੇ ਕੁਛ ਕਹਿਣਾ ਨਹੀਂ, ਠੀਕ ਆ, ਜਿਹੜਾ ਦੂਜਾ ਵਨ ਕਹਿਣਾ ਖੜੇ ਹੋ ਜਾ ਬਈ, ਉਹ ਜਿਹੜੀ
ਉਹ ਕ੍ਰਿਕਟ ਵਾਲੇ ਨੇ ਮੇਰੀ ਬੇਇੱਜ਼ਤੀ ਕੀਤੀ ਸੀ। ਕਿਹੜੇ ਕ੍ਰਿਕਟ ਵਾਲੇ? ਸੀਗਾ ਇੱਕ ਸਰਦਾਰ ਜਿਹਾ ਸੀ ਕ੍ਰਿਕਟ ਦੇ ਵਿੱਚ, ਤੇ ਮੈਂ ਕਿਹਾ ਵੀ ਮੈਂ ਆਪਣੇ ਪੇਪਰ ਦੀ ਕਲਾਸਰੂਮ ਵਿੱਚ ਬੰਕ ਕਰੂੰਗਾ, ਚੱਲ ਮੈਂ ਕ੍ਰਿਕਟ ਜੁਆਇਨ ਕਰ ਲੈਣਾ। ਮੈਂ ਕ੍ਰਿਕਟ ਜੁਆਇਨ ਕਰ ਲਈ ਤੇ ਮੈਂ ਜਦੋਂ ਸਕੂਲ ਅਨਾਊਂਸਮੈਂਟ ਹੋਈ ਸਵੇਰੇ ਸਵੇਰੇ 9:30 ਵੀ ਜਿੰਨੇ ਕ੍ਰਿਕਟ ਵਾਲੇ ਚਲੋ ਸਾਰੇ ਨੀਚੇ ਆ ਜਾਓ ਆਪਾਂ ਦੂਜੇ ਸਕੂਲ ਮੈਚ ਖੇਡਣ ਜਾਣਾ। ਮੈਂ ਜਦੋਂ ਮੈਂ ਨੀਚੇ ਆਇਆ ਉਹ ਕਹਿੰਦੇ ਚੱਲ ਚੱਲ ਤੂੰ ਵਾਪਸ ਕਲਾਸ, ਤੈਨੂੰ ਨਹੀਂ ਨਾਲ ਲੈ ਕੇ ਜਾਣਾ। ਕਿਉਂ? ਬਸ ਉਹ ਕਹਿੰਦੇ ਨਹੀਂ ਲੈ ਕੇ ਜਾਣਾ ਵੀ ਤੈਨੂੰ ਐਕਸਟਰਾ ਦੇ ਵਿੱਚ ਲੈ ਕੇ ਚੱਲੇ ਸੀ ਆਪਾਂ ਵੀ ਐਕਸਟਰਾ ਦੀ ਲੋੜ ਨਹੀਂ ਹੈਗੀ। ਮੈਂ ਕਿਹਾ ਮੇਰੀ ਬੇਇੱਜ਼ਤੀ ਹੋ ਗਈ, ਮੈਂ ਉਹ ਗੱਲ ਮੈਂ ਦਿਲ ਤੋਂ ਲੱਗ ਗਈ। ਤੇ ਮੈਂ ਕਿਹਾ ਉਦੋਂ 6 ਮਹੀਨੇ ਬਾਅਦ ਸਾਡਾ ਸੀਗਾ ਐਨੁਅਲ ਫੰਕਸ਼ਨ, ਮੈਂ ਉਹੀ ਕਲਾਸ, ਮੈਂ ਉਹੀ ਟੀਚਰ ਜਿਹਨੇ ਮੈਨੂੰ ਮਨਾ ਕੀਤਾ ਸੀ, ਮੈਂ ਉਹੀ ਸਾਡਾ ਬਣਾ ਤਾ ਕਿ ਭੰਗੜੇ ਦਾ ਇੰਚਾਰਜ ਕਿ ਭੰਗੜਾ ਤੁਸੀਂ ਕਰਾਉਣਾ। ਮੈਂ ਸੀ, ਮੇਰੇ ਨਾਲ 5-7 ਮੁੰਡੇ ਹੋਰ ਸੀ, ਮੈਂ ਨਾ ਕਰਦੀ, 5-7 ਹੋਰ ਨਾ ਕਰਦੀ। ਮੈਂ ਕਿਹਾ ਆਪੇ ਦੇਖ ਲਓ ਕਰਾ ਲਓ ਭੰਗੜਾ, ਮੈਂ ਭੰਗੜਾ ਮੈਂ ਤਾਂ ਪਾਉਣਾ ਨਹੀਂ, ਤੁਸੀਂ ਪਾਉਣਾ ਪਾ ਲਓ। ਉਹ ਕਹਿੰਦੇ ਯਾਰ ਜੇ ਤੂੰ ਨਹੀਂ ਪਾਉਣਾ ਦੱਸ ਵੀ ਨਹੀਂ ਪਾਉਣਾ। ਸਾਡੀ ਟੀਮ ਖੁੱਲ੍ਹ, ਉਹਨੇ ਮਿਹਨਤ ਕੀਤੀ, ਹੋਰ ਮੁੰਡੇ ਬੁਲਾਏ ਨਵੇਂ ਮੁੰਡਿਆਂ ਨੂੰ ਉਹਨੇ 15 ਦਿਨ ਲਾਏ, 15 ਦਿਨ ਤੋਂ ਬਾਅਦ ਉਹਨੇ ਜਦੋਂ ਟੀਚਰ ਨੂੰ ਭੰਗੜਾ ਦਿਖਾਇਆ, ਟੀਚਰ ਨੇ ਕਹਾ ਰਿਜੈਕਟ ਵੀ ਨਹੀਂ ਵੀ ਉਹ ਕਿੱਥੇ ਨੇ ਮੁੰਡੇ ਪੁਰਾਣੇ ਵਾਲੇ, ਕਹਿੰਦਾ ਉਹ ਆਉਂਦੇ ਨਹੀਂ ਪਏ। ਫਿਰ ਟੀਚਰ ਨੇ ਮੈਨੂੰ ਬੁਲਾਇਆ ਵੀ ਕੀ ਗੱਲ, ਕੀ ਉਹਦੇ ਭੰਗੜਾ ਕਿਉਂ ਨਹੀਂ ਕਰਦੇ, ਵੀ ਇੰਨੇ ਸਾਲ ਤੋਂ ਭੰਗੜਾ ਪਾਉਂਦੇ ਹੋ ਤੁਹਾਡਾ, ਮਤਲਬ ਐਤਕੀ ਭੰਗੜਾ ਕਿਉਂ ਨਹੀਂ ਪਾਉਂਦੇ? ਮੈਂ ਕਿਹਾ ਮੈਡਮ ਵੀ ਇਹ ਗੱਲ ਆ ਵੀ ਸਾਨੂੰ ਟੀਚਰ ਪਸੰਦ ਨਹੀਂ ਹੈਗਾ, ਕਿਰਪਾ ਕਰਕੇ ਸਾਡਾ ਟੀਚਰ ਚੇਂਜ ਕੀਤਾ ਜਾਵੇ। ਅਰੇ ਟੀਚਰ ਚੇਂਜ ਕਰਵਾਇਆ, ਆਪਣੀ ਮਰਜ਼ੀ ਦਾ, ਆਪਣੀ ਮਨ ਮਰਜ਼ੀ ਦਾ ਟੀਚਰ ਲਵਾਇਆ, ਫਿਰ ਅਸੀਂ ਭੰਗੜਾ ਪਾਇਆ, ਹਫ਼ਤੇ ਵਿੱਚ ਭੰਗੜਾ ਪਾ ਕੇ ਅਸੀਂ ਪਾਸ ਕਰਵਾ ਲਿਆ। ਆਏ ਤਾੜੀਆਂ, ਮਤਲਬ ਵਧੀਆ ਜੀ, ਤਾੜੀਆਂ ਮਾਰੋ ਪੂਜੀਆਂ ਨਾ ਖਾਓ। ਚਲੋ ਹੋ ਗਏ ਤਾੜੀਆਂ, ਸ਼ਾਬ। ਹਾਂ ਲਾਸਟ ਦੇ ਇੱਕ ਗਾਣਾ ਸੁਣਾ ਦੇ ਸਿਟੀ ਦੀ। ਬੋਲ ਮਿੱਟੀ ਦਿਆ ਬਾਵਿਆ ਤੇਰੇ ਤੁਖਾਂ ਨੇ ਮਾਰ, ਮੁਕਾ ਲਿਆ ਵੇ ਮੇਰਾ ਸੋਹਣਾ ਮਾਹੀ, ਆ ਜਾ ਹੋ। ਮਾਤੀ ਨੂੰ ਮੱਤੀ ਦਿੰਦੀ ਤੂੰ ਮਾਇਆ ਵਿੱਚ ਮੋਹਿਨੀ, ਤੈਨੂੰ ਲੱਜ ਕਿਸੇ ਦੀ ਨਾਹੀ ਤੈਂ ਕਿਉਂ ਲਾਹੀ ਲੋਈ ਨੀ, ਕੀ ਹੋਇਆ ਕੀ ਹੋਇਆ ਜੇ ਤੂੰ ਚਰਖੇ ਤੰਦ ਨਾ ਪਾਈ ਨੀ, ਬਣ ਬੈਠੀ ਪੰਜ ਫੂਲਾ ਰਾਣੀ ਘਰ ਵਿੱਚ ਹੁਕਮ ਚਲਾਇਆ ਨੀ, ਨੌ ਦਰਵਾਜ਼ੇ ਮਹਿਲ ਤੇਰੇ ਦੇ ਉੱਚਾ ਬਾਤ ਬਣਾਇਆ ਨੀ, ਜਿਸ ਕੋਲ ਹੈ ਤੈਂ ਕੋਠਾ ਲਿੱਤਾ ਕਾਗਜ਼ ਨਾ ਕਰਵਾਇਆ ਨੀ, ਨਦੀ ਕਿਨਾਰੇ ਘਾਹ ਉਗੇ ਸਾਂ ਕੰਧ ਰੇਤ ਦੀ ਪਾਈ ਨੀ, ਹੋ ਸ਼ਾਮ ਸਵੇਰੇ ਗਾਫਲ ਕੁੜੀਏ ਸੁੱਤਿਆ ਰਹਿਣ ਵਿਹਾਈ ਵੇ ਕਿਉਂ ਨੀ ਬੋਲਦਾ ਹਾੜਾ ਵੇ ਕਿਉਂ ਨੀ ਬੋਲਦਾ, ਹਾਏ ਦਿਲਾਂ ਦੀ ਕੁੰਡੀ ਨੂੰ ਵੈਰੀਆ ਨੀ ਖੋਲਦਾ, ਬੋਲ ਮਿੱਟੀ ਦਿਆ ਹੋ। ਤਾੜੀਆਂ। ਸੋ ਬਾਈ ਉਮੀਦ ਕਰਦਾ ਤੁਹਾਨੂੰ ਸਾਡਾ ਪੋਡਕਾਸਟ ਪਸੰਦ ਆਇਆ ਹੋਊਗਾ, ਜੇ ਪਸੰਦ ਆਇਆ ਸੋਹਣਾ ਜਿਹਾ ਕਮੈਂਟ ਕਰ ਦਿਓ, ਜਾਂਦੇ ਹੋਏ ਵੀਡੀਓ ਨੂੰ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ। ਮਿਲਦੇ ਹਾਂ ਜਲਦੀ ਇੱਕ ਨਵੇਂ ਪੋਡਕਾਸਟ ਦੇ ਨਾਲ। ਥੈਂਕ ਯੂ।